ਹਰੇਕ ਬੱਚੇ ਦਾ ਪਹਿਲਾ ਉਸਤਾਦ ਉਹਦੀ ਮਾਂ ਹੁੰਦੀ ਹੈ। ਬੱਚੇ ਨੂੰ ਰੱਬ ਦਾ, ਧਰਮ ਦਾ ਜਦੋਂ ਕੁਝ ਪਤਾ ਨਹੀਂ ਹੁੰਦਾ, ਮਾਂ ਦਾ ਪਤਾ ਲੱਗਦਾ ਹੈ। ਗੱਲ ਇੱਕੋ ਹੀ ਹੁੰਦੀ ਹੈ, ਵਕ ਵਕ ਬੰਦਿਆਂ ਵੱਲੋਂ ਕਹੀ ਗਈ, ਵਕ ਵਕ ਅਸਰ ਕਿਉਂ ਪਾਉਂਦੀ ਹੈ? ਮਾਂ ਕਹਿੰਦੀ, ਤੂੰ ਹਲੇ ਛੋਟਾ ਹੈ, ਲੇਕਿਨ ਮੇਰਾ ਪਿੰਡ ਸਾਰੀ ਉਮਰ 80 ਸਾਲ ਦੀ ਉਮਰ ਤੱਕ ਉਹਦਾ ਪਿੰਡ ਨਹੀਂ ਬਣਿਆ। ਉਹਦਾ ਪਿੰਡ ਉਹਦਾ ਪਿੰਡੀ ਸੀ ਗੱਲ ਅਕਸਰ ਗੱਲਾਂ ਕਰਦੀ ਤੇਰੇ ਪਿੰਡ ਚ ਨਾਉਂ ਦੇਖਿਆ ਮੈਂ ਮੇਰੇ ਪਿੰਡ ਚ ਇਸ ਤਰ੍ਹਾਂ ਹੁੰਦਾ ਸੀ ਹੁਣ ਮੁਰਾ ਬੀਤ ਗਈਆਂ ਹੁਣ ਘੋੜੇ ਦੀ ਸਵਾਰੀ ਥੋੜਾ ਹੁੰਦੀ ਹੈ ਪੁੱਤਰ ਮੈਂ ਕਿਹਾ ਮਾਂ ਚਾਰ ਬੇਟੇ ਨੇ ਤੇਰੇ ਅਸੀਂ ਚੁੱਕ ਕੇ ਚੜਾ ਦੇਵਾਂਗੇ ਮਾਂ ਕਹਿੰਦੀ ਨਹੀਂ ਹੁਣ ਇਹ ਵੀ ਨਹੀਂ ਹੋ ਸਕਦਾ ਹੁਣ ਤਾਂ ਮੈਂ ਸ਼ੀਸ਼ੇ ਦੀਆਂ ਉਹਨਾਂ ਚੂੜੀਆਂ ਵਰਗੇ ਹੋ ਗਈ ਹੂਈਆਂ ਜਿਹੜੀਆਂ ਚੜਾਉਂਦੇ ਚਦਾਂਦੇ ਟੁੱਟ ਜਾਂਦੀਆਂ ਮਾਸਟਰ ਜੀ ਨੇ ਮੇਰੀ ਉਮਰ 5 ਸਾਲ ਲਿਖ ਕੇ ਮੈਨੂੰ ਕਿਹਾ ਜਦੋਂ ਤੂੰ ਅਫਸਰ ਰਿਟਾਇਰ ਹੋਵੇਂਗਾ ਉਦੋਂ ਆਪਣੇ ਇਸ ਮਾਸਟਰ ਨੂੰ ਯਾਦ ਕਰੇਂਗਾ ਜਦੋਂ ਅਸੀਂ ਇੱਕ ਆਨਾ ਲੈ ਕੇ ਦਾਖਲਾ ਲੈਣ ਗਏ ਸੀ ਉਸ ਮਾਸਟਰ ਜੀ ਨੇ ਰਿਟਾਇਰਮੈਂਟ ਦੇ 2 ਸਾਲ ਵਧਾ ਕੇ ਲੱਖਾਂ ਰੁਪਏ ਦਾ ਫਾਇਦਾ ਕੀਤਾ ਮੈਂ ਪਿੰਡੂ ਸਰੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਮੇਰੇ ਬੰਨੀਓ ਜਾਨੀ ਕਿ ਮਿੰਟੂ ਬਰਾੜ ਬੰਨੀਓ ਪਿਆਰਪਰੀ ਸਤਿ ਸ਼੍ਰੀ ਅਕਾਲ ਸੋ ਫੇਰ ਇੱਕ ਵਾਰ ਬੈਠਿਆ ਜੀ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਹੋਰਾਂ ਕੋਲੇ ਤੇ ਬਹੁਤ ਕੁਝ ਗੱਲਾਂ ਨਮੀਆਂ ਤੁਹਾਡੇ ਲਈ ਲੈ ਕੇ ਆ ਰਹੇ ਆਉਣ ਵਾਲੇ ਦਿਨਾਂ ਚ ਪਰ ਗੱਲ ਜਿਹੜੀ ਇਸ ਐਪੀਸੋਡ ਦੇ ਵਿੱਚ ਕਰਨੀ ਆ ਜਾਂ ਇੱਥੇ ਮੈਂ ਕਰਨੀ ਚਾਹਣਾ ਕੁਝ ਕਮੈਂਟਾਂ ਦੀ ਗੱਲ ਉਹ ਗੱਲ ਆ ਜੀ ਭਾਵੇਂ ਜੁਗਾ ਜੁਗਾ ਤੋਂ ਇਹ ਚੀਜ਼ ਚੱਲਦੀ ਆਈ ਆ ਵੀ ਕਿਸੇ ਵੀ ਚੀਜ਼ ਨੂੰ ਸਿੱਖਣ ਲਈ ਤੁਹਾਨੂੰ ਉਸ ਨੂੰ ਸਿਖਾਉਣ ਵਾਲਾ ਚਾਹੀਦਾ ਉਸਤਾਦ ਚਾਹੀਦਾ ਜਿਹਨੂੰ ਉਸਤਾਦ ਦੀ ਗੱਲ ਕਰੀਏ ਤਾਂ ਉਸਤਾਦ ਚੇਲੇ ਦੇ ਜਿਹੜੇ ਰਿਲੇਸ਼ਨ ਆ ਜਾਂ ਇੱਕ ਸੰਬੰਧ ਦਾ ਉਹ ਵੀ ਵੱਖਰੋ-ਵੱਖਰੇ ਸਾਨੂੰ ਸੁਣਨ ਨੂੰ ਮਿਲੇ ਬਹੁਤ ਵੱਡੇ ਇਹ ਜੇ ਨਾਮ ਵੀ ਆਏ ਜਿਨ੍ਹਾਂ ਦੇ ਅੱਜ ਇਤਿਹਾਸ ਦੇ ਵਿੱਚ ਜ਼ਿਕਰ ਕੀਤੇ ਜਾਂਦੇ ਆ ਵੀ ਕਈਆਂ ਨੂੰ ਇਸ ਲਈ ਯਾਦ ਕੀਤਾ ਜਾਂਦਾ ਵੀ ਉਹ ਫਲਾਨੇ ਉਸਤਾਦ ਦਾ ਚੇਲਾ ਸੀ ਤੇ ਕਈਆਂ ਨੂੰ ਇਸ ਲਈ ਕਈ ਉਸਤਾਦਾਂ ਦੇ ਨਾਂ ਹੀ ਐਡੇ ਵੱਡੇ ਆ ਉਹਨਾਂ ਦੇ ਤਾਂ ਹੋਣੇ ਆ ਵੀ ਭਾਈ ਉਹਨਾਂ ਦੇ ਨਾਂ ਤੇ ਪਤਾ ਲੱਗਦਾ ਵੀ ਉਹਨਾਂ ਦੇ ਕਿੰਨੇ ਚੇਲੇ ਨੇ ਕਿੱਥੋਂ ਤੱਕ ਪਹੁੰਚੇ ਸੋ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਵੀ ਕਹਨੇ ਆ ਵੀ ਅਸੀਂ ਵੀ ਪੰਨੂ ਸਾਹਿਬ ਦੇ ਚੇਲੇ ਆ ਜੀ ਤੇ ਪੰਨੂ ਸਾਹਿਬ ਤੋਂ ਬਹੁਤ ਕੁਝ ਸਿੱਖ ਰਹੇ ਆ ਤੇ ਅੱਜ ਕੁਦਰਤੀ ਬੈਠੇ ਗੱਲਾਂ ਚੱਲ ਰਹੀਆਂ ਸੀ ਉਸਤਾਦ ਚੇਲੇ ਦੀਆਂ ਤਾਂ ਮੈਂ ਉਹਨਾਂ ਗੱਲਾਂ ਚੋਂ ਚਾਹਿਆ ਕਿਉਂ ਨਾ ਤੁਹਾਡੇ ਨਾਲ ਵੀ ਕੁਝ ਇੱਕ ਗੱਲਾਂ ਸਾਂਝੀਆਂ ਕੀਤੀਆਂ ਜਾਣ ਅਸੀਂ ਬਹੁਤ ਕੁਝ ਸਿੱਖ ਰਹੇ ਹਾਂ ਪੰਨੂ ਸਾਹਿਬ ਤੋਂ ਪਰ ਪੰਨੂ ਸਾਹਿਬ ਨੇ ਆਪਣੇ ਉਸਤਾਦਾਂ ਤੋਂ ਕੀ ਸਿੱਖਿਆ ਜਾਂ ਉਸਤਾਦ ਲੋਕਾਂ ਦੇ ਕੀ ਤਰੀਕੇ ਹੁੰਦੇ ਸਿਖਾਉਣ ਦੇ ਇਹ ਜੀਆਂ ਕੁਝ ਇੱਕ ਗੱਲਾਂ ਆਪਾਂ ਇਸ ਐਪੀਸੋਡ 'ਚ ਕਰਨੀਆਂ ਸੋ ਪਹਿਲਾਂ ਜੀ ਆਇਆਂ ਨੂੰ ਪੰਨੂ ਸਾਹਿਬ ਨੂੰ ਫੇਰ ਆਪਾਂ ਅੱਗੇ ਵਧਦੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮਨਜੂਰ ਕਰਨ ਪ੍ਰੇਮ ਕੀਤਾ ਉਹਨਾਂ ਨੇ ਆਪਣੀਆਂ ਗੱਲਾਂ ਨੂੰ ਦੇਸੀ ਗੱਲਾਂ ਨੇ ਜਿਨ੍ਹਾਂ ਤੇ ਕੋਈ ਸੁਰਖੀ ਬਿੰਦੀ ਨਹੀਂ ਲੱਗੀ ਹੋਈ ਤਾਂ ਵੀ ਮਨਜ਼ੂਰ ਕੀਤੀਆਂ ਸ਼ੁਕਰਾਨਾ ਸਭ ਦਾ ਬਹੁਤ ਬਹੁਤ ਮਿਹਰਬਾਨੀ ਜੀ ਦੇਖੋ ਗੱਲਾਂ ਜਿਹੜੀਆਂ ਦਿਲ ਚੋਂ ਨਿਕਲਦੀਆਂ ਹਨ ਤੇ ਸਿੱਧੀਆਂ ਦਿਲ ਤੱਕ ਵੀ ਉਹੀ ਪਹੁੰਚਦੀਆਂ ਜੀ ਸੋ ਇਹ ਆਪਣੇ ਜਿੰਨੇ ਵੀ ਐਪੀਸੋਡ ਪਿਛਲੇ ਆਪਾਂ ਹੋਏ ਪਿਛਲੇ ਤਕਰੀਬਨ ਜਿ ਕਹੀਏ ਤਾਂ 5 ਸਾਲਾਂ ਤੋਂ ਉੱਤੇ ਹੋ ਗਿਆ ਹੈ ਟਾਈਮ ਇਹਨਾਂ ਨੂੰ ਪਾਉਂਦਿਆਂ ਨੂੰ ਤਾਂ ਉਹ ਦਿਲ ਦੀਆਂ ਗੱਲਾਂ ਦਿਲ ਦੇ ਨੇੜੇ ਹੁੰਦੀਆਂ ਹੀ ਆ ਪਹੁੰਚ ਰਹੀਆਂ ਸੋ ਬੰਨੂ ਜੀ ਸਾਹਿਬ ਗੱਲ ਆਪਾਂ ਅੱਜ ਜੇ ਉਸਤਾਦਾਂ ਦੀ ਲੋਕਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਇਹ ਐਪੀਸੋਡ ਬਹੁਤ ਵੱਡਾ ਹੋ ਸਕਦਾ ਪਰ ਅਸੀਂ ਕੁਝ ਗਿਣੇ ਚੁਣੇ ਤੁਹਾਡੇ ਤਜਰਬੇ ਸੁਣਨੇ ਚਾਹੁੰਦੇ ਆ ਤੁਸੀਂ ਤੁਹਾਨੂੰ ਕਿਹੋ ਜਿਹਾ ਉਸਤਾਦ ਮਿਲੇ ਡੇ 1 ਤੋਂ ਪਹਿਲੇ ਦਿਨ ਤੋਂ ਪਿਆਰੇ ਦਰਸ਼ਕੋ ਸਰੋਤਿਓ ਹਰੇਕ ਬੱਚੇ ਦਾ ਪਹਿਲਾ ਉਸਤਾਦ ਉਹਦੀ ਮਾਂ ਹੁੰਦੀ ਹੈ ਜੀ ਬੱਚੇ ਨੂੰ ਰੱਬ ਦਾ ਧਰਮ ਦਾ ਜਦੋਂ ਕੁਝ ਪਤਾ ਨਹੀਂ ਹੁੰਦਾ ਮਾਂ ਦਾ ਪਤਾ ਹੁੰਦਾ ਤਾਂ ਮੈਂ ਇੱਕ ਦੋ ਵਾਕਿਆਤ ਇੱਕ ਦੋ ਸੈਂਟੈਂਸ ਆਪਣੀ ਮਾਂ ਦੇ ਜਿਹੜੀ ਕਿ ਛਪਿਆ ਹੈ ਗੁਰਮੁਖੀ ਦਾ ਪੰਨਾ ਪੜ ਸਕਦੀ ਸੀ ਹੱਥ ਲਿਖਤ ਪੜਨ ਨਹੀਂ ਆਉਂਦੀ ਸੀ ਗੁਰਦੁਆਰੇ ਦੇ ਗ੍ਰੰਥੀ ਤੋਂ ਪਾਠ ਕਰਨਾ ਸਿੱਖਿਆ ਸੀ ਜਪਜੀ ਸਾਹਿਬ ਦਾ ਤੋਂ ਇੰਨੀ ਕਿ ਵਿੱਦਿਆ ਵਾਲੀ ਮਾਂ ਸੀ ਮੇਰੀ ਲੇਕਿਨ ਉਹਦੇ ਅੰਦਰ ਕੁਝ ਸੀ ਡੂੰਗਾਣ ਜਜ਼ਬਿਆਂ ਦੀ ਮੈਂ ਪੁੱਛਿਆ ਇੱਕ ਵਾਰ ਕਿ ਮਾਂ ਇੱਕੋ ਹੀ ਗੱਲ ਕਈ ਕਈ ਵਾਰ ਸੁਣੀ ਦਿਲ ਨੂੰ ਛੂਹੀ ਨਹੀਂ ਉਹੀ ਗੱਲ ਕਦੀ ਕਿਸੇ ਹੋਰ ਤੋਂ ਸੁਣ ਲਈ ਉਹ ਦਿਲ ਨੂੰ ਛੂਹ ਛੋ ਗਈ ਕਦੀ ساری ਉਮਰ ਭੁੱਲਦੀ ਨਹੀਂ ਸਾਡੀ ਪ੍ਰੇਰਨਾ ਸਰੋਤ ਬਣ ਜਾਂਦੀ ਹੈ ਗੱਲ ਇੱਕੋ ਹੀ ਹੁੰਦੀ ਹੈ ਵਕਫ ਵਕ ਬੰਦਿਆਂ ਵੱਲੋਂ ਕਹੀ ਗਈ ਵਕਫ ਵਕ ਅਸਰ ਕਿਉਂ ਪਾਉਂਦੀ ਹੈ ਹਾਂ ਹਾਂ ਮਾਂ ਕਹਿੰਦੀ ਤੂੰ ਹਲੇ ਛੋਟਾ ਹੈ ਹਲੇ ਤੈਨੂੰ ਇਹਨਾਂ ਵੱਡੀਆਂ ਗੱਲਾਂ ਦਾ ਪਤਾ ਨਹੀਂ ਨਾ ਤੂੰ ਸਿਰਫ ਇਹ ਦੇਖਦਾ ਹੈ ਕਿ ਗੱਲ ਦਾ ਅਰਥ ਕੀ ਹੈ ਤੇ ਗੱਲ ਆਖੀ ਕਿਹਨੇ ਹੈ ਤੂੰ ਹੁਣ ਅੱਗੋਂ ਨੂੰ ਇਹ ਹਿਸਾਬ ਲਾਇਆ ਕਰੀ ਸਹਜੇ ਸਹਜੇ ਤੈਨੂੰ ਅਕਲ ਆਜੂਗੀ ਕਿ ਜਿਹੜੇ ਬੋਲ ਨਿਕਲੇ ਨੇ ਉਹ ਕਿੰਨੇ ਡੂੰਘੇ ਖੂਚੋਂ ਨਿਕਲੇ ਨੇ ਹੂੰ ਦੁੱਖਾਂ ਨੇ ਖੂਪੁੱਟ ਰਹੇ ਨੇ ਆਪਣੇ ਆਲੇ ਦੁਆਲੇ ਜਿੰਨਾ ਡੂੰਘਾ ਖੂ ਓਨੀ ਮਿੱਠੀ ਤੇ ਓਨੀ ਪਿਆਰੀ ਗੱਲ ਓਨੀ ਠੰਡਾ ਤੇ ਮਿੱਠਾ ਨਿਰਮਲ ਜਲ ਹੂੰ ਤੋਂ ਕਿਸ ਤੁਸੀਂ ਇਹ ਦੇਖੋ ਕਿ ਉਸਤਾਦਾਂ ਦੀ ਗੱਲ ਚੱਲੀ ਸੀ ਨਾ ਮੰਗਲਾ ਚਰਨ ਵਜੋਂ ਆਪਾਂ ਵੱਡਿਆਂ ਦੀਆਂ ਗੱਲਾਂ ਤੋਂ ਸ਼ੁਰੂ ਕਰਾਂਗੇ ਜੀ ਜੀ ਮਾਦੋ ਦਾਸ ਕਪਸਰੀ ਸੀ ਗੁਣੀ ਸੀ ਉਹ ਹਠ yogi ਸੀ ਦਸ਼ਮ ਪਾਤਸ਼ਾਹ ਪਹੁੰਚੇ ਦੱਖਣ ਚ ਉਹਨਾਂ ਦੇ ਪਲੰਗ ਤੇ ਕਿਉਂ ਬਿਰਾਜਮਾਨ ਹੋ ਗਏ ਇਸ ਗੱਲੋਂ ਗੁੱਸੇ 'ਚ ਸੀ ਹੂੰ ਗੁੱਸੇ 'ਚ ਆਉਣਸਾਰ ਪਹਿਲਾ ਵਾਕ ਪੁੱਛਿਆ ਕੌਣ ਹੋ ਤੁਸੀਂ ਮਹਾਰਾਜ ਨੇ ਉੱਤਰ ਦਿੱਤਾ ਉਹੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਹੂੰ ਮਾਧੋਦਾਸ ਕਹਿਣ ਲੱਗੇ ਕਿ ਮੈਂ ਕਿਹਨਾਂ ਨੂੰ ਜਾਣਦਾ ਮਹਾਰਾਜ ਨੇ ਫਰਮਾਇਆ ਉਹੀ ਜਿਸ ਦੀ ਤਲਾਸ਼ ਥਾਂ ਥਾਂ ਤੇ ਜੰਗਲਾਂ ਚ ਤੇ ਪਹਾੜਾਂ ਚ ਭਟਕਿਆ ਹੂੰ ਫਿਰ ਸੋਚ-ਸੋਚ ਕੇ ਬਾਦੂ ਦਾਸ ਕਹਿੰਦੇ ਜੀ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਹੂੰ ਮਹਾਰਾਜ ਨੇ ਫਰਮਾਇਆ ਸਹੀ ਪਛਾਣਿਆ ਉਹੀ ਹਾਂ ਚਰਨੀ ਹੱਥ ਲਾ ਕੇ ਕਿਹਾ ਮਹਾਰਾਜ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਫਿਰ ਮੈਂ ਤੁਹਾਡਾ ਬੰਦਾ ਹੂੰ ਯਾਨੀ ਇੱਕ ਪਹਿਲੀ ਮੁਲਾਕਾਤ ਜਿਹੜੀ ਏ ਏਡੀ ਤਾਕਤਵਰ ਸੀ ਉਹ ਬੋਲ ਜਿਹਦੇ ਜਿਹਨਾਂ ਦੇ ਮੂੰਹੋਂ ਨਿਕਲੇ ਸਨ ਉਹ ਵੱਡੇ ਸਨ ਮਾਦੋਦਾਸ ਦੀ ਸਾਰੀ ਤਪੱਸਿਆ ਸਾਰਾ ਗੁਣ ਸਾਰਾ ਹੱਠ ਕੁਲ ਗਿਆ ਹਵਾਵਾਂ ਚ ਜਦੋਂ ਮਹਾਰਾਜ ਨਾਲ ਬਚਨ ਹੋਏ ਹੂੰ ਤੋ ਉਹ ਸੂਰਤ ਦੇ ਵਿੱਚ ਇੱਕ ਵਾਰ ਗੱਲਾਂ ਚੱਲ ਰਹੀਆਂ ਘਰ ਚ ਬੈਠੇ ਜੀ ਮਾਂ ਬੜੀ ਪ੍ਰਸੰਨ ਹੁੰਦੀ ਜਦੋਂ ਅਸੀਂ ਕਦੇ ਚੁੱਲ੍ਹੇ ਚ ਚੁੱਲ੍ਹੇ ਦੇ ਆਲੇ ਦੁਆਲੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦੇ ਤੇ ਉਹਨਾਂ ਤੋਂ ਖਾਣਾ ਖਾਂਦੇ ਇੱਕ ਵਾਰੀ ਮਾਂ ਬੈਠੀ ਮੈਂ ਖਬਰ ਦਿੱਤੀ ਆ ਕਿ ਨਾਨਕਿਆਂ ਤੋਂ ਆਇਆ ਸਾਂ ਮੈਂ ਕਿਹਾ ਮਾਂ ਵੱਡੇ ਮਾਮਾ ਜੀ ਨੇ ਘੋੜਾ ਖਰੀਦੇ ਬਹੁਤ ਸੋਹਣਾ ਹੂੰ ਹੂੰ ਮੇਰੇ ਵੱਡੇ ਮਾਮਾ ਜੀ ਨਿਹੰਗ ਸਿੰਘ ਸਨ ਮੈਂ ਕਿਹਾ ਘੋੜਾ ਕਿਆ ਬਾਤ ਐ ਚਾਲ ਐ ਕੋਈ ਸੁਣਖਾ ਐ ਕੋਈ ਹੂੰ ਬਹੁਤ ਸੋਹਣਾ ਪਿੰਡ ਸਾਰਾ ਪਿੰਡ ਦੇਖਣ ਵਾਸਤੇ ਆਇਆ ਜਦੋਂ ਮਾਮਾ ਜੀ ਲੈ ਕੇ ਆਏ ਜੀ ਮਾਂ ਨੇ ਅਸੀਸਾਂ ਦਿੱਤੀਆਂ ਜੋੜੀਆਂ ਬਣੀਆਂ ਰਹਿਣ ਵਫਾ ਕਰਨ ਧਨ ਭਾਗ ਇਹ ਮਿੱਤਰਤਾ ਸਦੀਵੀ ਹੋਵੇ ਇਹ ਅਰਦਾਸ ਹੈ ਆਪਣੀ ਮਹਾਰਾਜ ਅੱਗੇ ਮੈਂ ਕਿਹਾ ਬੇਬੇ ਜੀ ਨਾਨਕੇ ਜਾਵਾਂਗੇ ਤੁਹਾਨੂੰ ਘੋੜੇ ਦੀ ਸਵਾਰੀ ਕਰਾਵਾਂਗੇ ਜੀ ਮਾਂ ਕਹਿੰਦੀ ਨਹੀਂ ਕੋਈ ਸਮਾਂ ਸੀ ਜਦੋਂ ਤੇਰੇ ਪਿੰਡ ਆਉਂਦੀ ਹੁੰਦੀ ਸੀ ਮਾਂ ਆਪਣੇ ਪਿੰਡੋਂ ਤਾਂ ਘੋੜੇ ਤੇ ਆ ਜਾਂਦੀ ਸੀ ਤੁਹਾਡੇ ਪਿੰਡੋਂ ਆਪਣੇ ਪਿੰਡ ਜਾਂਦੀ ਕਦੀ ਉਦੋਂ ਘੋੜੇ ਦੀ ਸਵਾਰੀ ਕਰਦੀ ਇੱਕ ਤਾਂ ਦਰਸ਼ਕੋ ਇਹ ਦੇਖੋ ਕਿ ਮਾਂ 16-17 ਸਾਲਾਂ ਦੀ ਆ ਗਈ ਸੀ ਮੇਰੇ ਪਿੰਡ 'ਚ ਵੀ ਆਹੀ ਗਈ ਹੂੰ ਲੇਕਿਨ ਮੇਰਾ ਪਿੰਡ ساری ਉਮਰ 80 ਸਾਲ ਦੀ ਉਮਰ ਤੱਕ ਉਹਦਾ ਪਿੰਡ ਨਹੀਂ ਬਣਿਆ ਹੂੰ ਉਹਦਾ ਪਿੰਡ ਉਹਦਾ ਪਿੰਡੀ ਸੀ ਅਕਸਰ ਗੱਲਾਂ ਕਰਦੀ ਤੇਰੇ ਪਿੰਡ 'ਚ یوں ਦੇਖਿਆ ਮੈਂ ਮੇਰੇ ਪਿੰਡ 'ਚ ਇਸ ਤਰ੍ਹਾਂ ਹੁੰਦਾ ਸੀ ਹੂੰ ਮਾਂ ਕਹਿੰਦੀ ਪਰ ਹੁਣ ਹੁਣ ਥੋੜਾ ਉਮਰ ਐ ਹੁਣ ਉਮਰਾਂ ਬੀਤ ਗਈਆਂ ਹੁਣ ਘੋੜੇ ਦੀ ਸਵਾਰੀ ਥੋੜਾ ਹੁੰਦੀ ਹੈ ਪੁੱਤਰ ਹੂੰ ਮੈਂ ਕਿਹਾ ਮਾਂ ਚਾਰ ਬੇਟੇ ਨੇ ਤੇਰੇ ਅਸੀਂ ਚੁੱਕ ਕੇ ਝੜਾ ਦੇਵਾਂਗੇ ਹੂੰ ਦਿੱਕਤ ਕਾਦੀ ਐ ਮਾਂ ਕਹਿੰਦੀ ਨਹੀਂ ਹੁਣ ਇਹ ਵੀ ਨਹੀਂ ਹੋ ਸਕਦਾ ਹੁਣ ਤਾਂ ਮੈਂ ਸ਼ੀਸ਼ੇ ਦੀਆਂ ਉਹਨਾਂ ਚੂੜੀਆਂ ਵਰਗੀ ਹੋ ਗਈ ਹੁਈਆਂ ਜਿਹੜੀਆਂ ਚੜਾਉਂਦੇ ਚੜਾਉਂਦੇ ਟੁੱਟ ਜਾਂਦੀਆਂ ਹੂੰ ਹੁਣ ਇਹ ਵਾਕ ਨੇ ਜਿਹੜੇ ਇਹ ਮਾਮੂਲੀ ਵਾਕ ਨੇ ਹੂੰ ਤੋਂ ਇਹ ਇਸ ਤਰ੍ਹਾਂ ਦੇ ਵਾਕ ਵੀ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਵਾਕਾਂ ਦੀ ਸਿਰਜਣਾ ਵੀ ਹੁੰਦੀ ਹੈ ਤੇ ਯਾਦ ਵੀ ਰੱਖੀਦੇ ਹੁੰਦੇ ਨੇ ਤੇ ਮੌਕੇ ਤੇ ਸੁਣਾਈ ਦੇ ਵੀ ਹੁੰਦੇ ਨੇ ਇਹ ਮੈਨੂੰ ਆਪਣੀ ਪਹਿਲੀ ਉਸਤਾਦ ਆਪਣੀ ਮਾਂ ਤੋਂ ਪਤਾ ਲੱਗਿਆ ਤੇ ਉਹਦੇ ਤੋਂ ਬਾਅਦ ਫਿਰ ਬਾਪੂ ਜੀ ਜਦੋਂ ਸਕੂਲ ਦਾਖਲ ਕਰਾਣ ਗਏ ਕੱਚੀ ਜਮਾਤ ਚ ਪਹਿਲੀ ਜਮਾਤ ਚ ਉਦੋਂ ਮਾਸਟਰ ਜੀ ਨੇ ਦਾਖਲ ਕੀਤਾ ਮੈਨੂੰ ਅਸੀਸਾਂ ਦਿੱਤੀਆਂ ਤੇ ਮੈਨੂੰ ਦਾਖਲ ਕਰਨ ਵੇਲੇ ਬਾਪੂ ਜੀ ਨੂੰ ਕਹਿੰਦੇ ਕਿੰਨੀ ਉਮਰ ਹੈ ਦੀ ਮੁੰਡੇ ਦੀ ਬਾਪੂ ਜੀ ਕਹਿੰਦੇ 7 ਸਾਲ ਹੂੰ ਮਾਸਟਰ ਜੀ ਕਹਿੰਦੇ 7 ਸਾਲ ਦਾ ਹੋ ਹੀ ਨਹੀਂ ਸਕਦਾ ਇਹ 7 ਸਾਲ ਦਾ 5 ਸਾਲ ਤੋਂ ਵੱਧ ਨਹੀਂ ਹੈ ਬਾਪੂ ਜੀ ਕਹਿੰਦੇ ਸਾਡੇ ਕੋਲ ਜੀ ਕਿਹੜਾ ਜਨਮ ਪੱਤਰੀਆਂ ਨੇ ਅਸੀਂ ਤਾਂ ਜੋ ਯਾਦ ਸੀ ਉਹ ਦੱਸ ਦਿੱਤਾ ਜੇ 5 ਸਾਲ ਦਾ ਲੱਗਦਾ ਤਾਂ 5 ਸਾਲ ਦਾ ਲਿਖ ਦਿਓ ਹੂੰ ਮਾਸਟਰ ਜੀ ਨੇ ਮੇਰੀ ਉਮਰ 5 ਸਾਲ ਲਿਖ ਕੇ ਮੈਨੂੰ ਕਿਹਾ ਜਦੋਂ ਤੂੰ ਅਫਸਰ ਰਟਾਇਰ ਹੋਏਗਾ ਉਦੋਂ ਆਪਣੇ ਇਸ ਮਾਸਟਰ ਨੂੰ ਯਾਦ ਕਰੇਗਾ ਤੇਰਾ ਬਾਪੂ ਤੇਰੀ ਬਹੁਤ ਵੱਡੀ ਹਾਨੀ ਕਰਵਾ ਰਿਹਾ ਸੀ ਅੱਜ ਬਹੁਤ ਨੁਕਸਾਨ ਹੋ ਜਾਣਾ ਸੀ 2 ਸਾਲ ਦਾ ਫਰਕ ਕਿੱਡਾ ਵੱਡਾ ਫਰਕ ਹੁੰਦਾ ਹੈ ਅੱਜ ਨਹੀਂ ਤੈਨੂੰ ਪਤਾ ਕਿਸੇ ਦਿਨ ਪਤਾ ਲੱਗੂਗਾ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਨਾ ਕਿ ਸਾਡੇ ਅਧਿਆਪਕ ਪਹਿਲੀ ਕੱਚੀ ਜਮਾਤ ਚ ਦਾਖਲ ਹੋਣ ਗਿਆ ਦਾ ਭਲਾ ਸੋਚਦੇ ਹੁੰਦੇ ਸੀ ਜੀ ਕੀ ਭਲਾ ਹੈ ਕੀ ਬੁਰਾ ਹੈ ਸਾਨੂੰ ਉਦੋਂ ਪਤਾ ਹੀ ਨਹੀਂ ਸੀ ਹੂੰ ਮਾਸਟਰ ਜੀ ਨੂੰ ਪਤਾ ਸੀ ਜਿਹੜੀ ਗੱਲ ਦਾ ਪਤਾ ਸੀ ਦੇਖੋ ਉਦੋਂ ਦੀ ਗੱਲ ਮੈਨੂੰ ਏਸੇ ਕਰਕੇ ਯਾਦ ਹੈ ਨਾ ਅੱਜ ਮੈਨੂੰ ਹੁਣ ਪਤਾ ਲੱਗਦਾ ਕਿ 2 ਸਾਲ ਦੀ ਉਮਰ ਦਾ ਰਿਟਾਇਰਮੈਂਟ ਵੇਲੇ ਕੀ ਫਰਕ ਹੁੰਦਾ ਹੁੰਦਾ ਹਮ ਜਦੋਂ ਅਸੀਂ ਇੱਕ ਕਾਨਾ ਲੈ ਕੇ ਦਾਖਲਾ ਲੈਣ ਗਏ ਸੀ ਉਸਾਸ ਮਾਸਟਰ ਜੀ ਨੇ ਰਿਟਾਇਰਮੈਂਟ ਦੇ 2 ਸਾਲ ਵਧਾ ਕੇ ਲੱਖਾਂ ਰੁਪਏ ਦਾ ਫਾਇਦਾ ਕੀਤਾ ਮੇਰਾ ਫੇਰ ਇਹਦੇ ਤੋਂ ਬਾਅਦ ਇਹ ਤਾਂ ਪਹਿਲੀ ਕੱਚੀ ਦੇ ਮਾਸਟਰ ਸਨ ਫੇਰ ਸਾਨੂੰ ਚੌਥੀ ਪੰਜਵੀਂ ਵਿੱਚ ਪੜ੍ਹਾਉਣ ਲੱਗੇ ਦੋ ਭਰਾ ਪਾਕਿਸਤਾਨ ਚੋਂ ਆਏ ਸਨ ਜੀ ਹਜ਼ੂਰ ਸਿੰਘ ਤੇ ਵਜ਼ੀਰ ਸਿੰਘ ਜੀ ਦਰਅਸਲ ਦੇਖਿਆ ਜਾਵੇ ਦਰਸ਼ਕੋ ਤਾਂ ਉਹਨਾਂ ਨੇ ਮੇਰੇ ਘੱਗੇ ਪਿੰਡ ਦੇ ਵਿੱਚ ਸਕੂਲ ਚਾਲੂ ਕੀਤਾ ਸੀ ਜੀ ਪਹਿਲਾਂ ਤਾਂ ਬੱਚਿਆਂ ਨੇ ਜਿਨ੍ਹਾਂ ਨੇ ਪੜ੍ਹਨਾ ਹੁੰਦਾ ਸਿੱਖ ਬੱਚੇ ਗੁਰਦੁਆਰੇ ਜਾਂਦੇ ਜਿਵੇਂ ਰਵਾਜ ਸੀ ਹਿੰਦੂ ਬੱਚੇ ਮੰਦਰ ਜਾਂਦੇ ਮੁਸਲਮਾਨ ਹੈਗੇ ਹੀ ਨਹੀਂ ਸੀ ਰਹੇ ਨਹੀਂ ਸਨ ਇਸ ਕਰਕੇ ਸਾਡੇ ਪਿੰਡ 'ਚ ਛੋਟੀ ਜੀ ਮਸਜਿਦ ਹੁੰਦੀ ਸੀ ਮੈਂ ਪਸ਼ੂਚਾਰ ਦਾ ਦੇਖਿਆ ਕਰਦਾ ਲੇਕਿਨ ਉੱਥੇ ਕਿਸੇ ਨੂੰ ਨਮਾਜ਼ ਪੜ੍ਹਦਿਆ ਨਹੀਂ ਮੈਂ ਦੇਖਿਆ ਜੀ ਤੋਂ ਫੇਰ ਮਾਸਟਰ ਹਜ਼ੂਰ ਸਿੰਘ ਤੇ ਵਜ਼ੀਰ ਸਿੰਘ ਸਾਨੂੰ ਪੜ੍ਹਾਉਂਦੇ ਉਹਨਾਂ ਨੇ ਸਾਨੂੰ ਚੌਥੀ ਕਲਾਸ 'ਚ ਦੱਸਿਆ ਸੀ ਕਿ ਸ਼ੇਖ ਸਾਦੀ ਨਾਮ ਦਾ ਇੱਕ ਲੇਖਕ ਸੀ ਜੀ ਉਹਦੀਆਂ ਦੋ ਕਿਤਾਬਾਂ ਗੁਲਿਸਤਾਨ ਤੇ ਬੋਸਤਾਨ ਬੜੀਆਂ ਮਸ਼ਹੂਰ ਨੇ। ਕਿਆ ਕਰਦੇ ਬੱਚਿਓ ਦੇਖੋ ਹੁਣ ਦਿਨ ਇਹੋ ਜੇ ਆ ਗਏ ਕਿ ਹੁਣ ਤੁਸੀਂ ਨਾਮ ਵੀ ਨਹੀਂ ਜਾਣਦੇ ਜੇ ਨਾ ਕਿਤਾਬਾਂ ਦਾ ਉਹ ਕਿਤਾਬਾਂ ਜੇ ਸਾਨੂੰ ਨਹੀਂ ਆਉਂਦੀਆਂ ਉਹਨਾਂ ਦਾ ਟੈਸਟ ਜੇ ਪਾਸ ਨਹੀਂ ਕਰਦੇ ਤਾਂ ਸਾਨੂੰ ਪੰਜਵੀਂ ਦਾ ਸਰਟੀਫਿਕੇਟ ਨਹੀਂ ਮਿਲਦਾ ਸੀ। ਹੂੰ ਪਾਕਿਸਤਾਨ 'ਚ ਪੰਜਾਬ ਸੀ ਜਿਹੜਾ ਉੱਥੇ ਉਰਦੂ ਪੜਾਈ ਜਾਂਦੀ ਸੀ ਗੁਰਮੁਖੀ ਸਿੱਖ ਬੱਚੇ ਪੜ੍ਹਦੇ ਸੀ ਉਰਦੂ ਸਾਰਿਆਂ ਨੂੰ ਪੜ੍ਹਨੀ ਹੁੰਦੀ ਸੀ ਤਾਂ ਉਰਦੂ ਪੜ੍ਹਨ ਵਾਲੇ ਬੱਚੇ ਉਦੋਂ ਪੰਜਵੀਂ ਪਾਸ ਮੰਨੇ ਜਾਣਗੇ ਜਦੋਂ ਉਹਨਾਂ ਨੇ ਗੁਲਸਤਾਨ ਤੇ ਬੋਸਤਾਨ ਦਾ ਟੈਸਟ ਪਾਸ ਕਰ ਲਿਆ ਦੇਖ ਲਓ ਤਾਂ ਜਦੋਂ ਮੈਨੂੰ ਇਹ ਗੱਲ ਇਸ ਕਰਕੇ ਯਾਦ ਆਈ ਕਿ ਜਦੋਂ ਪੰਜਾਬੀ ਸੂਬਾ ਬਣਿਆ ਉਹਦੇ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦਾ ਇੱਕ ਸਰਕੂਲਰ ਆ ਗਿਆ ਸੀ ਕਿ ਉਰਦੂ ਦੀ ਪੜ੍ਹਾਈ ਇਸ ਪੰਜਾਬ 'ਚ ਬੰਦ ਉਰਦੂ ਦੀ ਥਾਂ ਤੇ ਕਿਸੇ ਨੇ ਸੰਸਕ੍ਰਿਤ ਪੜ੍ਹਨੀ ਹੈ ਹਿੰਦੀ ਪੜ੍ਹਨੀ ਹੈ ਪੰਜਾਬੀ ਪੜ੍ਹਨੀ ਹੈ ਉਹ ਜੀ ਸਦਕੇ ਪੜ੍ਹੇ ਤੋ ਫੇਰੇ ਪੋਸਟ ਖਤਮ ਕਰ ਦਿੱਤੀ ਗਈ ਸੀ ਤੇ ਇਹ ਜਿਹੜੇ ਮਾਸਟਰ ਸਨ ਉਰਦੂ ਪੜਾਉਂਦੇ ਪਹਿਲਾਂ ਪਾਕਿਸਤਾਨ 'ਚ ਉਹਨਾਂ ਨੂੰ ਕਿਹਾ ਤੁਸੀਂ ਗੁਰਮੁਖੀ ਪੜਾਓ ਉਹਨਾਂ ਵਾਸਤੇ ਕੀ ਮੁਸ਼ਕਲ ਸੀ ਫੇਰ ਉਹ ਗੁਰਮੁਖੀ ਪੜਾਉਣ ਲੱਗ ਗਏ ਲੇਕਿਨ ਇੱਕ ਸਰਕੂਲਰ ਨਾਲ ਪੰਜਾਬ ਵਿੱਚੋਂ ਉਰਦੂ ਜ਼ਬਾਨ ਦਾ ਭੋਗ ਪਾ ਦੇਣਾ ਇਹ ਬਹੁਤ ਵੱਡੀ ਤਰਾਸਦੀ ਏ ਹੂੰ ਤੋ ਇਹ ਮਾਸਟਰ ਜੀ ਮਿਲੇ ਸਾਨੂੰ ਪ੍ਰਾਇਮਰੀ 'ਚ ਉਹਦੇ ਤੋਂ ਬਾਅਦ ਫੇਰ ਕਾਲਜ 'ਚ ਦਾਖਲ ਹੋਏ ਜੀ ਜੀ ਮਹਿੰਦਰਾ ਕਾਲਜ ਹੂੰ ਹੂੰ ਬੜੀ ਸ਼ਾਨ ਹੁੰਦੀ ਸੀ ਇਹ ਦੱਸਦੇ ਆ ਫਖਰ ਮਹਿਸੂਸ ਹੁੰਦਾ ਸੀ ਕਿ ਅਸੀਂ ਮਹਿੰਦਰਾ ਕਾਲਜ ਚ ਪੜ੍ਹਦੇ ਆਂ ਵੱਡਾ ਨਾਮ ਸੀ ਵੱਡਾ ਨਾਮ ਸੀ ਲਾਲੀ ਦੇ ਲੇਖ ਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਪ੍ਰੋਫੈਸਰ ਲਾਲੀ ਦੇ ਪਾਪਾ ਜੀ ਸਰਦਾਰ ਸਾਨੂੰ ਬੜੇ ਵੱਡੇ ਫਤੇਗੜ ਪਿੰਡ ਦੇ ਲਹਿਰੇਗਾ ਅਗੇ ਦੇ ਲੱਗ ਗਏ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਆਂ ਇੱਕ ਦਿਨ ਉਹਨਾਂ ਦੇ ਉਹਨਾਂ ਦੀ ਹਵੇਲੀ ਚ ਸਾਨੂੰ ਥਾਂ ਮਿਲ ਗਈ ਸੀ ਨਾ ਥੋੜੀ ਜੀ ਰਹਿਣ ਲਈ ਇਸ ਕਰਕੇ ਜਦੋਂ ਆਉਂਦੇ ਉਹਨਾਂ ਦੇ ਚਾਹ ਪਾਣੀ ਦਾ ਖਾਣ ਪੀਣ ਦਾ ਬੰਦੋਬਸਤ ਅਸੀਂ ਕਰਦੇ ਜੀ ਬੈਠੇ ਬੈਠੇ ਗੱਲਾਂ ਕਰਦੇ ਆਂ ਮੈਂ ਪੁੱਛਿਆ ਨਾਨਾ ਜੀ ਤੁਸੀਂ ਵੀ ਮਹਿੰਦਰਾ ਕਾਲਜ ਚ ਪੜੇ ਹੱਸ ਕੇ ਕਹਿੰਦੇ ਇਹ ਕਾਲਜ ਬਣਾਇਆ ਕਿਸੇ ਨੇ ਇਹ ਤਾਂ ਸਕੂਲ ਹੁੰਦਾ ਸੀ 12ਵੇਂ ਦਾ ਇੱਕ ਦਿਨ ਸਰਕਾਰ ਦੀ ਚਿੱਠੀ ਆ ਗਈ ਕਿ ਅੱਗੋਂ ਤੋਂ ਸਕੂਲ ਨਹੀਂ ਇਹਨੂੰ ਕਾਲਜ ਕਿਹਾ ਕਰੋ ਉਹ ਐ ਇੱਕ ਚਿੱਠੀ ਨਾਲ ਕਾਲਜ ਬਣਦਾ ਹੁੰਦਾ ਕੋਈ ਇਹਨੂੰ ਕਾਲਜ ਕਹਿਣ ਲੱਗੇ ਹੁਣ ਮੈਂ ਮੈਂ ਐਫਸੀ ਕਾਲਜ ਲਾਹੌਰ ਚ ਪੜਿਆ ਹੋਇਆ ਹਾਂ ਹੁਣ ਦੇਖੋ ਸਾਨੂੰ ਸਾਡੇ ਮਹਿੰਦਰਾ ਕਾਲਜ ਤੇ ਮਾਣ ਜਿਹੜੇ ਐਫਸੀ ਕਾਲਜ ਲਾਹੌਰ ਚ ਪੜ੍ਹੇ ਉਹਨਾਂ ਨੂੰ ਉੱਥੋਂ ਦਾ ਮਾਣ ਲੇਕਿਨ ਆਪੋ ਆਪਣੇ ਮਾਣ ਇਹ ਬਣੇ ਰਹਿਣ ਤਾਂ ਯਾਦ ਕਰਦੇ ਆ ਕਿ ਇਹਨਾਂ ਥਾਵਾਂ ਤੋਂ ਸਾਨੂੰ ਸਫਲਤਾਵਾਂ ਮਿਲੀਆਂ ਜੇ ਅਸੀਂ ਇੱਥੋਂ ਕਿਤੇ ਸਫਲ ਨਾ ਹੋ ਕੇ ਨਿਕਲਦੇ ਫਿਰ ਆਪਾਂ ਕਾਲਜ ਦੀ ਤੇ ਪੜ੍ਹਾਈ ਦੀ ਗੱਲ ਹੀ ਨਾ ਕਰਦੇ ਬਿਲਕੁਲ ਬਿਲਕੁਲ ਮਹਿੰਦਰਾ ਕਾਲਜ ਚ ਜੋ ਪ੍ਰੋਫੈਸਰ ਮੇਰਾ ਰੋਲ ਮਾਡਲ ਬਣਿਆ ਉਹ ਸੀ ਨਰਿੰਦਰ ਕਾਲੀਆ ਨਰਿੰਦਰ ਕਾਲੀਆ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਅੰਗਰੇਜ਼ੀ ਪੜ੍ਹਾਉਂਦੇ ਹੋਏ ਜੋ ਸ਼ੈਕਸਪੀਅਰ ਦਾ ਜੂਲੀਅਸ ਸੀਜ਼ਰ ਲੱਗਿਆ ਸੀ ਉਹ ਤਾਂ ਪੜਾਉਣੀ ਪੜਾਉਣਾ ਸੀ ਉਹ ਸਾਰਾ ਸ਼ੈਕਸਪੀਅਰ ਪੜਾਉਂਦੇ ਸੀ ਹੂੰ ਸਾਰਾ ਸ਼ੈਕਸਪੀਅਰ ਪੜਾਉਂਦੇ ਪੜਾਉਂਦੇ ਫਿਰ ਉਹ ਸਾਰਾ ਯੂਰੋਪੀਅਨ ਲਿਟਰੇਚਰ ਇੰਟਰੋਡਿਊਸ ਕਰਵਾਉਂਦੇ ਸੀ ਹੂੰ 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 ਤੋਂ ਇੰਨੇ ਪਿਆਰੇ ਪ੍ਰੋਫੈਸਰ ਜਦੋਂ ਨਾ ਆਉਂਦੇ ਸਾਡਾ ਦਿਲ ਨਾ ਲੱਗਦਾ ਇੱਕ ਦਿਨ ਨੋਟਸ ਬੋਰਡ ਤੇ ਨੋਟਸ ਲੱਗਿਆ ਹੋਇਆ ਦੋ ਦਿਨ ਪ੍ਰੋਫੈਸਰ ਨਰਿੰਦਰ ਕਾਲੀਆ ਛੁੱਟੀ ਤੇ ਨੇ ਜੀ ਜਿਹਦਾ ਮਤਲਬ ਹੈ ਕਿ ਕਲਾਸ ਨਹੀਂ ਲੱਗੇਗੀ ਦੋ ਦਿਨ ਕਲਾਸ ਨਹੀਂ ਲੱਗੀ ਤੀਸਰੇ ਦਿਨ ਆਉਂਦੇ ਦੇਖੇ ਸਾਡੇ ਕਲਾਸਰੂਮ ਵੱਲ ਜਾ ਰਹੇ ਸਨ ਜੀ ਜੀ ਮੈਂ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ ਸਾਸਰੀ ਕਰਬਲਾ ਕੇ ਪਿੱਛੇ ਪਿੱਛੇ ਜਾਂਦੇ ਆ ਮੈਂ ਕਿਹਾ ਸਰ ਕੋਈ ਕੋਈ ਟੀਚਰ ਹੁੰਦਾ ਇਹੋ ਜਿਹਾ ਜੇ ਨਾ ਆਏ ਤਾਂ ਸਟੂਡੈਂਟ ਮਿਸ ਕਰਦੇ ਨੇ ਉਹਨੂੰ ਹੱਸ ਪੇ ਕਹਿੰਦੇ ਅਰੇ ਕੋਈ ਕੋਈ ਸਟੂਡੈਂਟ ਵੀ ਹੁੰਦਾ ਹੈ ਅਗਰ ਨਾ ਆਏ ਤਾਂ ਟੀਚਰ ਉਸੇ ਮਿਸ ਕਰਤਾ ਹੈ ਉਹ ਸ਼ਾਇਰ ਸਨ ਸਾਡੇ ਪ੍ਰੇਰਨਾ ਸਰੋਤ ਸਨ ਸਾਨੂੰ ਲਿਖਣਾ ਸਿਖਾਉਂਦੇ ਮੈਂ ਇੱਕ ਵਾਰੀ ਉਹਨਾਂ ਨੂੰ ਕਿਹਾ ਮੈਂ ਅਖਬਾਰਾਂ ਨੂੰ ਰਸਾਲਿਆਂ ਨੂੰ ਕੁਝ ਲਿਖ ਕੇ ਭੇਜਦਾ ਸਰ ਉਹ ਛਾਪਦੇ ਨਹੀਂ ਮੈਨੂੰ ਬੜੀ ਉਦਾਸੀ ਹੁੰਦੀ ਏ ਕਿਉਂ ਨਹੀਂ ਛਾਪਦੇ ਉਹ ਕਹਿੰਦੇ ਤੁਮੇ ਪਤਾ ਹੈ ਕਿਆ ਦੁਨੀਆ ਮੇ ਤਾਕਤਵਰ ਕਲਾਸਿਕਲ ਲਿਟਰੇਚਰ ਲਿਖਾ ਜਾ ਚੁਕਾ ਹੈ ਹਮ ਹਮ ਮੈਂ ਕਿਹਾ ਹਾਂ ਜੀ ਪੜਾ ਮੈਂ ਕਿਹਾ ਜਨਾਬ ਜੀ ਕਲਾਸ ਦੀ ਕਿਤਾਬ ਤੋਂ ਬਿਨਾ ਤਾਂ ਮੈਂ ਅਜੇ ਕੁਝ ਪੜਿਆ ਨਹੀਂ ਤੂੰ ਦੁਨੀਆ ਦਾ ਗ੍ਰੇਟ ਲਿਟਰੇਚਰ ਤੂੰ ਪੜਦਾ ਨਹੀਂ ਤੇਰਾ ਕਚਰਾ ਦੁਨੀਆ ਪੜ੍ਹੇਗੀ ਇਹ ਤੇਰੀ ਉਮੀਦ ਹੈ ਤੂੰ ਬੈਠ ਆਦਮੀ ਬਣ ਹਮਮ ਔਰ ਦੁਨੀਆ ਦਾ ਸ਼ਕਤੀਸ਼ਾਲੀ ਪਾਵਰਫੁੱਲ ਲਿਟਰੇਚਰ ਪੜਨਾ ਸ਼ੁਰੂ ਕਰ ਵਾ ਫਿਰ ਕਹਿੰਦੇ ਇੱਕ ਜਨਮ ਜੇ ਪੜਦਾ ਰਹੇਗਾ ਤਾਂ ਰੱਬ ਖੁਸ਼ ਹੋ ਕੇ ਅਗਲਾ ਜਨਮ ਲੇਖਕ ਦਾ ਦੇਵੇਗਾ ਹਮਮ ਫਿਰ ਕਹਿੰਦੇ ਤੇਰਾ ਗੌਣ ਨੂੰ ਦਿਲ ਕਰਦਾ ਗਾਲਾਂ ਸੁਰਚ ਨਹੀਂ ਕਰਨਾ ਤਾਂ ਠੀਕ ਨੇ ਹੂੰ ਤੂੰ ਵੱਡੇ ਉਸਤਾਦਾਂ ਨੂੰ ਸੁਣ ਇੱਕ ਜਨਮ ਜੇ ਵੱਡੇ ਉਸਤਾਦਾਂ ਨੂੰ ਸੁਣਦਾ ਰਹੇ ਤਾਂ ਅਗਲਾ ਜਨਮ ਖੁਸ਼ ਹੋ ਕੇ ਰੱਬ ਸੱਚਾ ਫਿਰ ਗਾਇਕ ਦਾ ਦੇ ਦਿੰਦਾ ਵਾਹ ਜੀ ਵਾਹ ਇਹੋ ਜਿਹੇ ਟੀਚਰ ਮੈਨੂੰ ਮਿਲੇ ਕਾਲਜ 'ਚ ਜਿਨ੍ਹਾਂ ਤੋਂ ਹੌਸਲਾ ਮਿਲਿਆ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਲੈਂਦੇ ਸੀ ਜਦੋਂ ਅਸੀਂ ਟੌਪ ਕਰਦੇ ਹਾਊਸ ਟੈਸਟਾਂ 'ਚੋਂ ਇਨਾਮ 'ਚ ਕਿਤਾਬਾਂ ਮਿਲਦੀਆਂ ਉਹ ਕਿਤਾਬਾਂ ਜਾਂ ਤਾਂ ਅਸੀਂ ਪੜ੍ਹੀਆਂ ਹੁੰਦੀਆਂ ਜਾਂ ਬੇਕਾਰ ਲੱਗਦੀਆਂ ਸਾਨੂੰ ਮੈਂ ਤੇ ਜਿਹੜਾ ਦੋਸਤ ਮੇਰਾ ਸੈਕੰਡ ਆਨ ਦਾ ਹੁੰਦਾ ਸੀ ਅਕਸਰ ਉਹਨੂੰ ਨਾਲ ਲੈ ਕੇ ਮਿਲੇ ਕਾਲੀਆ ਸਾਹਿਬ ਨੂੰ ਸਰ ਤੁਸੀਂ ਸਾਨੂੰ ਇਨਾਮ ਚ ਕਿਤਾਬਾਂ ਦੇਣੀਆਂ ਹੁੰਦੀਆਂ ਨੇ ਉਹ ਤਾਂ ਸ਼ੁਕਰਾਨਾ ਪਰ ਸਾਨੂੰ ਤੁਸੀਂ ਪੈਸੇ ਦੇ ਦਿਆ ਕਰੋ ਉਹ ਕਹਿੰਦੇ ਕਿਉਂ ਪੈਸੇ ਕਿਉਂ ਦੇ ਕਿਤਾਬ ਪੜੋ ਅਸੀਂ ਕਹਿੰਦੇ ਨਹੀਂ ਜੀ ਤੁਸੀਂ ਸਾਨੂੰ ਪੈਸੇ ਦਿਓ ਅਸੀਂ ਉਹਨਾਂ ਪੈਸਿਆਂ ਦੀ ਜਿੰਨੀਆਂ ਕਿਤਾਬਾਂ ਆਉਣਗੀਆਂ ਉਹ ਖਰੀਦਿਆ ਕਰਾਂਗੇ ਲੇਕਿਨ ਆਪਣੀ ਮਰਜ਼ੀ ਦੀਆਂ ਕਿਤਾਬ ਸਾਨੂੰ ਸਾਡੀ ਮਰਜ਼ੀ ਕਰਨ ਦਿਓ ਨਾ ਅਸੀਂ ਚੰਗੀ ਤੁਹਾਨੂੰ ਕਿਤਾਬਾਂ ਵੀ ਦਿਖਾਵਾਂਗੇ ਤੁਹਾਨੂੰ ਕਿਤਾਬਾਂ ਦਾ ਬਿਲ ਵੀ ਦੇ ਕੇ ਜਾਵਾਂਗੇ ਇੰਨੀ ਸਾਡੀ ਬੇਨਤੀ ਫਿਰ ਉਹਨਾਂ ਨੇ ਸਾਡੀ ਇਹ ਬੇਨਤੀ ਮੰਨ ਲਈ ਫਿਰ ਅਸੀਂ ਬੀਏ ਕਰਦਿਆਂ ਕਰਦੇ ਹਾਂ ਉਹਨਾਂ ਦੀ ਨਿਗਰਾਨੀ ਚ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਅਸੀਂ ਅਲਬਰਟੋ ਮਰਾਵੀਆ ਪੜ੍ਹਿਆ ਅਲਬਰਟੋ ਅਲਬਰਟੋ ਮਰਾਵੀਆ ਇਟਾਲੀਅਨ ਲੇਖਕ ਸੀ ਪਿੱਛੇ ਜੀ ਡੈਥ ਹੋਈ ਹੈ ਉਹਨਾਂ ਦੀ ਜੀ ਜੀ ਉਹ ਇੰਨਾ ਚੰਗਾ ਲੱਗਿਆ ਸਾਨੂੰ ਉਹਦੀ ਅੰਗਰੇਜ਼ੀ ਜਿਵੇਂ ਪੂਰਨ ਸਿੰਘ ਦੀ ਅੰਗਰੇਜ਼ੀ ਸਾਨੂੰ ਪੰਜਾਬੀ ਹੀ ਲੱਗਦੀ ਹੈ ਹਮ ਹਮ ਇਸ ਤਰ੍ਹਾਂ ਹੀ ਅਲਬਰਟੋ ਮਰਾਵਿਆ ਦੀ ਇਸੇ ਤਰ੍ਹਾਂ ਹੀ ਕਾਕੂਜ਼ ਓਕਾਕੁਰਾ ਦੀ ਹਮ ਹਮ ਬੁੱਕ ਆਫ ਟੀ ਵਾਰੇ ਬੰਦੇ ਖਤਰਨਾਕ ਪੜੇ ਨੇ ਬੁੱਕ ਆਫ ਟੀ ਦਾ ਵੀ ਤੁਹਾਨੂੰ ਦੱਸਦੇ ਆਂ ਕਿ ਪੜਨ ਨੂੰ ਮੈਨੂੰ ਲੱਗਿਆ ਵੀ ਇੰਨੀ ਸੌਖੀ ਕਿਤਾਬ ਮੈਂ ਬੈਠੂਗਾ ਤੇ ਇਹਦਾ ਨੂੰ ਆਦ ਕਰ ਦੂੰਗਾ ਪੰਜਾਬੀ ਚ ਜਦੋਂ ਮੈਂ ਪੰਜਾਬੀ ਦਾ ਅਨੁਵਾਦ ਕਰਨ ਲੱਗਿਆ ਫਿਰ ਪਤਾ ਲੱਗਿਆ ਕਿ ਜਿੰਨੀ ਸੌਖੀ ਇਹ ਪੜਨ ਨੂੰ ਤੇ ਸਮਝਣ ਨੂੰ ਤੇ ਆਨੰਦ ਲੈਣ ਨੂੰ ਹੁੰਦੀ ਸੀ ਲੱਗਦੀ ਸੀ ਉਹ ਟ੍ਰਾਂਸਲੇਸ਼ਨ ਵੇੜੇ ਉਹ ਅੜ ਗਈ ਮੈਂ ਮੈਂ ਇੱਕ ਵਾਰੀ ਲਲਾਰੀ ਨੂੰ ਦਸਤਾਰ ਦੇ ਆਇਆ ਮੈਂ ਕਿਹਾ ਨਾਲ ਇੱਕ ਕੱਪੜਾ ਦੇ ਕੇ ਆ ਕਿ ਐਸ ਸ਼ੇਡ ਦੀ ਹੋਣੀ ਚਾਹੀਦੀ ਹੈ ਜੀ ਜੀ ਕਦੋਂ ਲੈ ਜਾ ਕਹਿੰਦਾ ਜੀ ਕੱਲ ਤੱਕ ਕਰ ਦੂੰਗਾ ਪਰਸੋਂ ਨੂੰ ਲੈ ਜਾ ਮੈਂ ਕਿਹਾ ਠੀਕ ਹੈ ਪਿੰਡ ਦਾ ਲਲਾਰੀ ਮੈਂ ਤੀਜੇ ਦਿਨ ਗਿਆ ਕਹਿੰਦਾ ਜੀ ਅਜੇ ਹੋਈ ਨਹੀਂ ਮੈਂ ਕਿਹਾ ਕਿਉਂ ਤੂੰ ਹੋਰਾਂ ਦੇ ਕੰਮ ਕਰੀ ਜਾਣਾ ਮੇਰਾ ਕੰਮ ਕਦੋਂ ਕਰੇਗਾ ਕਹਿੰਦਾ ਨਹੀਂ ਜੀ ਤੁਹਾਡਾ ਕੰਮ ਵੀ ਮੈਂ ਟਰਾਈ ਕਰੀ ਜਾਣਾ ਹੋਊਗਾ ਪਰ ਥੋੜਾ ਜਿਹਾ ਲੱਗੂ ਟਾਈਮ ਮੈਂ ਕਿਹਾ ਕਿਉਂ ਕਹਿੰਦਾ ਜੀ ਕੋਈ ਕੋਈ ਰੰਗ ਇੰਨਾ ਔਖਾ ਹੁੰਦਾ ਕਿ ਅੜ ਜਾਂਦਾ ਉਹ ਇਹ ਰੰਗ ਹੈ ਜਿਹੜਾ ਤੁਸੀਂ ਦੇਖ ਕੇ ਗਿਓ ਨਾ ਇਹ ਅੜ ਗਿਆ ਅੜ ਗਿਆ ਮੈਂ ਆਪਣੇ ਉਸਤਾਦ ਕੋਲ ਜਾਵਾਂਗਾ ਫਿਰ ਇਹਦਾ ਹੱਲ ਲੱਭੂਗਾ ਐਂਜੀ ਵਾਹ ਤੋ ਆਪਾਂ ਨੂੰ ਜਿਹੜੀਆਂ ਗੱਲਾਂ ਸਿੰਪਲ ਜੀਆਂ ਲੱਗਦੀਆਂ ਨੇ ਉਹ ਇੰਨੀ ਸਿੰਪਲ ਨਹੀਂ ਹੁੰਦੀਆਂ ਤੋ ਇਸੇ ਤਰ੍ਹਾਂ ਹੀ ਅਲਬਰਟੋ ਮਰਾਵੀਆ ਪੜਿਆ ਸੀ ਚੰਗਾ ਲੱਗਿਆ ਇੱਕ ਦਿਨ ਕਾਲੀਆ ਸਾਹਿਬ ਨੂੰ ਪੁੱਛਿਆ ਸਰ ਅਲਬਰਟੋ ਮਰਾਵੀਆ ਨੂੰ ਨੋਬਲ ਪ੍ਰਾਈਜ਼ ਮਿਲ ਗਿਆ ਹੱਸ ਕੇ ਅਰੇ ਕੋ ਬੱਚੋਂ ਕਾ ਖੇਲ ਹੈ ਨੋਬਲ ਪ੍ਰਾਈਜ਼ ਅਭੀ ਬਹੁਤ ਕੰਮ ਪੜਾ ਹੈ ਅਭੀ ਤਾਂ ਕਰਨਾ ਪੜੇਗਾ ਪਰ ਅੱਛਾ ਅੱਛਾ ਹੁਆ ਅੱਛੀ ਬਾਤ ਹੋਈ ਖੁਸ਼ੀ ਹੋਈ ਤੂੰ ਮੱਛੇ ਲੇਖ ਪੜ ਰਿਹਾ ਹੋ ਪੜ੍ਹਦੇ ਰਹੋ ਤੋ ਫੇਰ ਕਈ ਕੁਛ ਸਾਲ ਬੀਤੇ ਨੌਕਰੀਆਂ ਮਿਲੀਆਂ ਮੈਂ ਆਪਣੇ ਘਰ ਬੈਠਾ ਜਿਹੜਾ ਦੋਸਤ ਮੇਰਾ ਮੇਰੇ ਨਾਲ ਬੈਠ ਕੇ ਇਹ ਕਿਤਾਬਾਂ ਪੜਦਾ ਸੀ ਉਹਦਾ ਫੋਨ ਆ ਗਿਆ ਕਹਿੰਦਾ ਅਖਬਾਰ ਦੇਖਿਆ ਅੱਜ ਮੈਂ ਕਿਹਾ ਦੇਖਿਆ ਕਹਿੰਦਾ ਕੀ ਮੈਂ ਕਿਹਾ ਅਰਬੋਲਟੋ ਮੁਰਾਵੀਆ ਰਿਕਮੈਂਡਡ ਫਾਰ ਨੋਬਲ ਪ੍ਰਾਈਜ਼ ਕਹਿੰਦਾ ਇਹੀ ਮੈਂ ਖਬਰ ਪੜ ਕੇ ਤੈਨੂੰ ਫੋਨ ਕੀਤਾ ਫੇਰ ਕਹਿੰਦਾ ਕਿਨੇ ਦਵਾਇਆ ਨੋਬਲ ਪ੍ਰਾਈਜ਼ ਇਹਨੂੰ ਮੈਂ ਕਿਹਾ ਦਵਾਇਆ ਨਹੀਂ ਹਲੇ ਰਿਕਮੈਂਡ ਹੋਇਆ ਹੈ ਲੇਕਿਨ ਆਪਾਂ ਦੋਵਾਂ ਨੇ ਰਿਕਮੈਂਡ ਕਰਵਾਇਆ ਜਿਹਨੂੰ ਆਪਣੇ ਵਰਗੇ ਪਾਠਕ ਛੋਟੀਆਂ ਕਲਾਸਾਂ 'ਚ ਵੀ ਮਿਲਗੇ ਸੀ ਨਾ ਉਹਨੇ ਨੋਬਲ ਪ੍ਰਾਈਜ਼ ਲੈਣੀ ਲੈਣਾ ਸੀ ਤੋ ਇਹ ਮੇਰਾ ਉਸਤਾਦ ਪ੍ਰਣਾਮ ਹਮੇਸ਼ ਉਹਨੂੰ ਸਾਨੂੰ ਇਨਸਪਾਇਰ ਕੀਤਾ ਅੰਗਰੇਜ਼ੀ ਸਾਹਿਤ ਪੜਨ ਵਾਸਤੇ ਜੀ ਜੀ ਫਿਰ ਗਏ ਯੂਨੀਵਰਸਿਟੀ ਯੂਨੀਵਰਸਿਟੀ 'ਚ ਪ੍ਰੋਫੈਸਰ ਐਲ ਐਮ ਜੋਸ਼ੀ ਗੁਰੂਗਬੰਦ ਸਿੰਘ ਪਵਨ ਚ ਬੁੱਧਿਜ਼ਮ ਦੇ ਪ੍ਰੋਫੈਸਰ ਹੂੰ ਦੇਖੋ ਬਿਹਾਰ ਦੇ ਸਨ ਲੇਕਿਨ ਉਹ ਜੇ ਕੋਈ ਵੀ ਬੰਦਾ ਉਹਨਾਂ ਕੋਲ ਜਾਂਦਾ ਚਾਹੇ ਸਟੂਡੈਂਟ ਰਿਸਰਚ ਸਕਾਲਰ ਟੀਚਰ ਜਾਂ ਕੋਈ ਵਿਜ਼ਿਟਰ ਹੂੰ ਆਪਣਾ ਕੰਮ ਛੱਡ ਕੇ ਦੋਵੇਂ ਹੱਥ ਮੇਜ਼ ਤੇ ਰੱਖ ਕੇ ਬੈਠ ਜਾਂਦੇ ਹਾਂਜੀ ਬਤਾਏ ਅਗਲਾ ਕੁਝ ਪੁੱਛਦਾ ਕੁਝ ਦੱਸਦਾ ਉਹਦਾ ਜਵਾਬ ਦਿੰਦੇ ਫਿਰ ਬੈਠ ਜਾਂਦੇ ਜੀ ਜੀ ਆਪਣੇ ਕੋਲੋਂ ਕੋਈ ਗੱਲ ਨਹੀਂ ਕਰਦੇ ਸੀ ਅੱਛਾ ਮਤਲਬ ਇਹਦਾ ਕੀ ਸੀ ਵੀ ਮੇਰੇ ਕੋਲ ਸਮਾਂ ਨਹੀਂ ਹੈ ਐਂ ਨਹੀਂ ਕਹਿੰਦੇ ਸੀ ਕਿ ਜਾਓ ਇਹ ਨਹੀਂ ਕਹਿੰਦੇ ਸੀ ਮੇਰੇ ਕੋਲ ਵਕਤ ਨਹੀਂ ਮੈਂ ਬੀਜ਼ੀ ਆ ਲੇਕਿਨ ਚੁੱਪ ਕਰਕੇ ਬੈਠੇ ਰਹਿੰਦੇ ਸੀ ਜੇ ਕਿਸੇ ਨੂੰ ਕੁਝ ਪੁੱਛਣਾ ਤਾਂ ਪੁੱਛੋ ਨਹੀਂ ਫਿਰ ਜਾਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਿੰਟੂ ਜੀ ਤਿੰਨ ਵਾਲਿਊਮਸ ਛਾਪੇ ਨੇ ਪੰਜਾਬ ਦੀ ਹਿਸਟਰੀ ਦੇ ਜੀ ਜੀ ਹਿਸਟਰੀ ਆਫ ਪੰਜਾਬ ਵਾਲਿਊਮ 1 ਐਂਸ਼ੀਐਂਟ ਪੰਜਾਬ ਵਾਲਿਊਮ 2 ਮੀਡੀਵਲ ਪੰਜਾਬ ਵਾਲਿਊਮ 3 ਮਾਡਰਨ ਪੰਜਾਬ ਇਹ ਇੰਗਲਿਸ਼ 'ਚ ਹੈ ਜੀ ਇਹ ਪੰਜਾਬੀ 'ਚ ਵੀ ਹੋਗੇ ਪੰਜਾਬੀ 'ਚ ਚ ਸ਼ੁਰੂ ਚ ਇੰਗਲਿਸ਼ ਸ਼ਪੀਸਿਤਨ ਹੈ ਜੀ ਜੀ ਜਿਹੜਾ ਐਂਸ਼ੀਅੰਟ ਪੰਜਾਬ ਹੈ ਉਹ 4500 ਪੇजेस ਦਾ ਗ੍ਰੰਥ ਹੈ ਉਹਦਾ ਤੀਸਰਾ ਹਿੱਸਾ ਲਮ ਜੋਸ਼ੀ ਦਾ ਲਿਖਿਆ ਹੋਇਆ ਹੈ ਅੱਛਾ ਜੀ ਮੈਂ ਪੁੱਛਿਆ ਸਰ ਤੁਸੀਂ ਬਿਹਾਰ ਦੇ ਹੋ ਪੰਜਾਬ ਨਾਲ ਤੁਹਾਨੂੰ ਪ੍ਰੀਤ ਕਿਵੇਂ ਹੋ ਗਈ ਪੰਜਾਬ ਤੇ ਤੁਸੀਂ ਇੰਨੀ ਮਿਹਨਤ ਕੀਤੀ ਉਹ ਕਹਿੰਦੇ ਬਾਈ ਪੰਜਾਬ ਪਰ ਕੌਣ ਮਿਹਨਤ ਕਰਦਾ ਹੈ ਮੇਰੇ ਕੋ ਕਿਆ ਲੈਣਾ ਦੇਣਾ تھا ਪੰਜਾਬ ਕਾ ਐਂਸ਼ੀਅੰਟ ਪੰਜਾਬ ਬੋਧ ਪੰਜਾਬ ਥਾ ਔਰ ਦੁਨੀਆ ਕਾ ਰਿਚ ਲਿਟਰੇਚਰ ਮਿਲਿੰਦ ਪ੍ਰਸਨ ਸਮੇਤ ਪੰਜਾਬ ਮੇ ਰਚਾ ਗਿਆ ਪੜ੍ਹਾ ਮਿਲਿੰਦ ਪੜਾ ਹੈ ਮੈਂ ਕਿਹਾ ਨਾ ਜੀ ਤੋ ਕਿਆ ਪੜਾ ਦੋ ਵਾਲਿਊਮਸ ਮੇ ਹੈ ਸੈਕ੍ਰੇਟ ਬੁక్స్ ਆਫ ਦਾ ਈਸਟ ਸੀਰੀਜ਼ ਮੇ ਔਰ ਮੈਕਸਮੂਲਰ ਕਾ ਰਾਇਸ ਡੇਵਿਡਸ ਕਾ ਕੀਆ ਹੋਆ ਹੈ ਉਹ ਪੜ੍ਹ ਔਰ ਬਾਅਦ ਮੇ ਬਾਤ ਕਰਨਾ ਮੇਰੇ ਸਾਥ ਉਹ ਮੈਂ ਮਿੰਟੂ ਜੀ ਆਪਣੇ ਟੀਚਰ ਐਲ ਐਮ ਜੋਸ਼ੀ ਲਾਲਮਣੀ ਜੋਸ਼ੀ ਸੀ ਉਹਨਾਂ ਦਾ ਨਾਮ ਜੀ ਜੀ ਉਹਨਾਂ ਦੀ ਪ੍ਰੇਰਣਾ ਨਾਲੇ ਦੋ ਵਾਲਿਊਮ ਪੜ੍ਹੇ ਇਹ ਦੋ ਵਾਲਿਅਮ ਖਤਮ ਕਰਨ ਤੋਂ ਬਾਅਦ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨਾਚਰਦਾਸ ਕੀਤੀ ਸੱਚੇ ਪਾਤਸ਼ਾਹ ਕਦੀ ਮੈਨੂੰ ਮੌਕਾ ਮਿਲੇ ਮੈਂ ਇਹ ਕਿਤਾਬ ਗੁਰਮੁਖੀ ਅੱਖਰਾਂ ਤੇ ਪੰਜਾਬੀ ਭਾਸ਼ਾ ਚ ਤਰਜਮਾ ਕਰਾਂ ਪੰਜਾਬੀਆਂ ਨੂੰ ਪਤਾ ਲੱਗੇ 나ਗਸੈਨ ਸਾਡਾ ਵਡੇਰਾ ਸਾਡਾ ਪਰਦਾਦਾ ਸੀ ਤੇ ਸਿਆਲਕੋਟ ਚ ਇਸ ਗ੍ਰੰਥ ਦੀ ਰਚਨਾ ਹੋਈ ਸੀ ਇਹ ਮਨ ਚ ਬੈਠੀ ਹੋਈ ਸੀ ਗੱਲ ਕਦੋਂ ਮੌਕਾ ਮਿਲੇ ਰਾਜੇਸ਼ ਰੰਜਨ ਮੇਰੇ ਕੁਲੀਗ ਬੁੱਧਿਜ਼ਮ ਦੇ ਪ੍ਰੋਫੈਸਰ ਬਾਤ ਦੀਆਂ ਗੱਲਾਂ ਨੇ ਫੇਰੇ ਜੀ ਜੀ ਪਹਿਲਾਂ ਤਾਂ ਸੁਣਾਈ ਗੱਲ ਉਦੋਂ ਜਦੋਂ ਮੈਂ ਵਿਦਿਆਰਥੀ ਸਾਂ ਹੁਣ ਜਿਹੜੀ ਸੁਣਾ ਰਿਹਾ ਗੱਲ ਉਦੋਂ ਜਦੋਂ ਮੈਂ ਪ੍ਰੋਫੈਸਰ ਸਾਂ ਡਿਪਾਰਟਮੈਂਟ ਦਾ ਚੇਅਰਮੈਨ ਅਪਾਇੰਟ ਹੋ ਗਿਆ ਜੀ ਪ੍ਰੋਫੈਸਰ ਰਾਜੇ ਸ਼ਰੰਜਨ ਬੁੱਧਿਜ਼ਮ ਦੇ ਟੀਚਰ ਮੈਨੂੰ ਕਹਿੰਦੇ ਸਰ ਹਮੇਂ ਸੈਂਟਰ ਫਾਰ ਬੁੱਧਿਸਟ ਸਟੱਡੀਜ਼ ਮਿਲ ਸਕਦਾ ਹੈ ਹਮ ਹਮ ਮੈਂ ਕਿਹਾ ਕੀ ਹੁੰਦਾ ਮੈਂ ਸੁਣਿਆ ਨਹੀਂ ਸੀ ਕਹਿੰਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਿੰਦੀ ਹੈ ਸੈਂਟਰ ਅਗਰ ਹਮ ਮੰਗੇ ਔਰ ਹਮ साबित करें कि हम इसके काबिल हैं हुँ हुँ तो फिर वो दस लाख रुपया पहली दफ़ा पाँच लाख रुपया हर साल देती है हमारे पास तो कागज़ ख़रीदने के लिए पैसा नहीं तो पैसे भी आएंगे और हम पब्लिश भी करेंगे अपना काम दुनिया में नाम भी होगा हुँ हुँ और आप कहा करते हैं कभी कभी मलिंद है पंजाबी में होना चाहिए मैं कहा हाँ तो वो भी कर सकेंगे फिर मैं कहा की करना होंगे मैंने पता नहीं वो मैं कर लूँगा ਉਹਨਾਂ ਨੇ ਇੱਕ ਮਹੀਨਾ ਲਾ ਕੇ ਪੂਰੀ ਤਿਆਰੀ-ਬਿਆਰੀ ਕੀਤੀ ਕਾਗਜ਼ ਪੱਤਰ ਜਿੱਥੇ-ਜਿੱਥੇ ਮੈਨੂੰ ਕਿਹਾ ਮੈਂ ਦਸਖਤ ਕੀਤੇ ਕੇਸ ਭੇਜਿਆ ਯੂਜੀਸੀ ਨੇ ਸਾਨੂੰ ਆਪਣਾ ਕੇਸ ਡਿਫੈਂਡ ਕਰਨ ਲਈ ਦਿੱਲੀ ਸੱਦ ਲਿਆ ਜੀ ਜੀ ਉੱਥੇ ਬੋਧ ਭਿੱਖੂ ਬੈਠੇ ਸਨ ਹਮ ਹਮ ਗੇਰੂ ਵੇ ਲਿਬਾਸ ਹਮ ਹਮ ਉਹਨਾਂ ਨੂੰ ਪ੍ਰਣਾਮ ਕੀਤੀ ਬੈਠੇ ਦੱਸਿਆ ਉਹਨਾਂ ਨੂੰ ਕਿ ਬੀਏ ਚ ਅਸੀਂ ਬੁੱਧਿਜ਼ਮ ਪੜਾਉਣਾ ਹੈ ਰਿਲੀਜੀਅਸ ਸਟੱਡੀਜ਼ ਪੜਾਣੇ ਆ ਜਿਹਦੇ ਚ ਅਸੀਂ ਸਿਲੇਬਸ ਵੀ ਲੈ ਕੇ ਗਏ ਸੀ ਕਿਤਾਬਾਂ ਛਾਪੀਆਂ ਤੰਪਦ ਦਾ ਸੀ ਪੰਜਾਬੀ ਚ ਕੀਤਾ ਹੋਇਆ ਅਨੁਵਾਦ ਉਹ ਕਿਤਾਬ ਨਾਂ ਲੈ ਗਈ ਸੀ ਤੇ ਬੀਏ ਚ ਅਸੀਂ ਬੁੱਧਿਜ਼ਮ ਪੜਾਣੇ ਆ ਐਮਏ ਐਮਫਿਲ ਪੀਐਚਡੀ ਜਿਹੜੇ ਬੱਚਿਆਂ ਨੇ ਪੀਐਚਡੀ ਕੀਤੀ ਸੀ ਬੁੱਧਿਸਟ ਸਟੱਡੀਜ਼ ਚ ਉਹਨਾਂ ਦੇ ਮਨਾ ਤੇ ਲਿਸਟ ਲੈ ਕੇ ਅਸੀਂ ਬਣਾ ਕੇ ਇਹ ਸਾਡੀ ਕੀਤੀ ਹੋਈ ਪਿਛਲੀ ਕਾਰਵਾਈ ਹੈ ਹੁਣ ਅੱਗੋਂ ਸਾਨੂੰ ਤੁਸੀਂ ਸੈਂਟਰ ਦਿਓ ਇੱਕ ਭਿਖੂ ਵਿਦਵਾਨ ਕਹਿੰਦੇ ਆਪਕੋ ਵੀ ਕੁਝ रुचि है बौद्ध धर्म में मैं क्या जी सर मैं वो खुशकिस्मत सिख हूं जिसने तीनों पिटकों का पाठ किया हुआ है मैं कह तीनों पिटकों में से कौन सा सबसे बढ़िया है मैं कहा जी मेरे बुजुर्गों ने मेरे अध्यापकों ने मुझे ये बताया कि आदमी धर्म ग्रंथों की मेरिट लिस्ट नहीं बनाया करता यह बेदबी है अगर आपने पूछना ही है तो ये पूछते तीनों पिटकों में से मुझे सबसे ज्यादा कौन सा समझ में आया जो अभी समझ में नहीं आया वो छोटा नहीं है मैं छोटा हूं अभी विद्वानों के चरणों में बैठूंगा कोच देखूंगा और फिर मेहनत करने के बाद वो भी समझ जाऊंगा आपको ये सवाल नहीं करना चाहिए मैं क्या तो हमें सेंटर दो वो कहने लगे अगर सेंटर दे दें तो कौन सा काम सबसे पहले करोगे जी ਮੈਂ ਕਿਹਾ ਜੀ ਮਲਿੰਦ ਪ੍ਰਸ਼ਨ ਹਮ ਮੇਰੇ ਮਨ ਚ ਜਦੋਂ ਸਟੂਡੈਂਟਸ ਆ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਮੰਗਮ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੈਂ ਜਦੋਂ ਮੌਕਾ ਦੇਵੋਗੇ ਗ੍ਰੰਥ ਕਰਾਂਗਾ ਉਹ ਮੈਨੂੰ ਯਾਦ ਸੀ ਹਮ ਤਾਂ ਮੈਂ ਕਿਹਾ ਜੀ ਮਲਿੰਦ ਪ੍ਰਸ਼ਨ ਉਹ ਕਹਿੰਦੇ ਆਪਨੇ ਮਲਿੰਦ ਪਾਠ ਪੜਾ ਮੈਂ ਕਿਹਾ ਪੜਾ ਨਹੀਂ ਉਹ ਤਾਂ ਯਾਦ ਹੋ ਚੁੱਕਾ ਹੈ ਮੈਨੂੰ ਸੁਣਾएंगे ਮੈਂ ਸੁਣਾ ਜਦੋਂ ਕੋਈ ਮੈਨੂੰ ਆਖੇ ਸੁਣਾਏਗਾ ਸੁਣਾਏਗਾ तो मैं छिड़ जाना फिर मलिंद प्रश्न सुनाना शुरू किया फिर मैं कहें अपने एक रूम, जो आपका आपका रूम है ना वहाँ उसके बाहर डायरेक्टर सेंटर फॉर बुद्धि स्टडीज़ की तख्ती लगा लो आपको सेंटर दे दिया दस लाख अभी दे के भेजेंगे और पाँच लाख हर साल देंगे चाय तैयार है अभी चाय पियो और आपको मुबारक हो तो वो ग्रंथ मेंटू बराड़ जी संगत ने पाठक ने पसंद किया ਤੇ ਫਿਰ ਉਹਦੇ ਤੋਂ ਬਾਅਦ ਮੈਂ ਐਮਏ ਬੁੱਧਿਸਟ ਸਟੱਡੀਜ਼ ਵੀ ਸ਼ੁਰੂ ਕੀਤੀ ਜੀ ਮੇਰੇ ਉੱਪਰ ਇਲਜ਼ਾਮ ਲੱਗਿਆ ਕਿ ਇਹ ਬੋਧ ਧਰਮ ਦਾ ਉਪਾਸ਼ਕ ਹੈ ਹੂੰ ਹੂੰ ਇਹ ਖੁਦ ਬੋਧੀ ਹੋ ਚੁੱਕਿਆ ਤੇ ਸਿੱਖਾਂ ਨੂੰ ਬੋਧੀ ਬਣਾਏਗਾ ਜੀ ਜੀ ਜਦੋਂ ਕਿ ਮੈਂ ਸਮਝਾਉਂਦਾ ਸਮਝਾਉਂਦਾ ਥੱਕ ਗਿਆ ਕਿ ਬਾਹਰੋਂ ਬੋਧ ਭਿਖੂ ਆਉਣਗੇ ਐਮੇ ਕਰਨ ਵਾਸਤੇ ਹੂੰ ਉਹਨਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਸਭ ਤੋਂ ਪਹਿਲਾਂ ਕਰਾਵਾਂਗੇ ਫਿਰ ਦੁਖਨਵਾਰਨ ਸਾਹਿਬ ਤੇ ਮੈਂ ਆਪਣਾ ਸਿਲੇਬਸ ਮੇਰੀ ਸ਼ਿਕਾਇਤ ਤਖਤ ਸਾਹਿਬ ਤੇ ਹੋਈ ਜੀ ਅਕਾਲ ਤਖਤ ਸਾਹਿਬ ਸੱਦਿਆ ਗਿਆ ਮੈਨੂੰ ਹੂੰ ਹੂੰ ਮੈਂ ਸਿਲੇਬਸ ਨਾਲ ਲੈ ਗਿਆ ਐਮਏ ਬੁੱਧਿਸਟ ਸਟੱਡੀ ਦਾ ਉਹਦੇ ਚ ਲਿਖਿਆ ਸੀ ਕਿ ਡਿਗਰੀ ਉਦੋਂ ਮਿਲੇਗੀ ਐਮਏ ਬੁੱਧਿਸਟ ਸਟੱਡੀ ਦੀ ਜਦੋਂ 10ਵੀਂ ਪੱਧਰ ਦੀ ਪੰਜਾਬੀ ਪਾਸ ਕਰ ਲਵੋਗੇ ਇੱਕ ਪੇਪਰ ਮੈਂ ਪੰਜਾਬੀ ਦਾ ਇੰਟਰੋਡਿਊਸ ਕੀਤਾ ਸੀ ਇੱਕ ਪੇਪਰ ਸਿਕਸ ਸਟੱਡੀ ਦਾ ਜਿਹੜਾ ਮੈਨੂੰ ਕਹਿੰਦਾ ਸੀ ਤੁਸੀਂ ਬੋਧੀ ਬਣ ਜਾਓਗੇ ਜਾਂ ਬੋਧੀਆਂ ਨੂੰ ਤੁਸੀਂ ਪ੍ਰੋਤਸਾਹਨ ਕਰ ਰਹੇ ਹੋ ਮੈਂ ਉਹਨੂੰ ਸਿਲੇਬਸ ਦਿਖਾ ਦਿੰਦਾ ਸੀ ਕਿ ਮੈਂ ਬੋਧੀਆਂ ਨੂੰ ਸਿੱਖੀਜ਼ਮ ਵੱਲ ਲੈ ਜਾ ਰਿਹਾ ਮੈਂ ਪੰਜਾਬੀ ਸਿਖਾ ਰਿਹਾ ਲੇਕਿਨ ਜਦੋਂ ਮੈਂ ਰਿਟਾਇਰ ਹੋਇਆ ਉਹਦੇ ਤੋਂ ਬਾਅਦ ਫਿਰ ਉਹ ਸੈਂਟਰ ਬੰਦ ਕਰ ਦਿੱਤਾ ਉਹਦੇ ਤੋਂ ਬਾਅਦ ਐਮਏ ਬੰਦ ਕਰ ਦਿੱਤੀ ਪਾਲੀ ਦਾ ਕੋਰਸ ਸ਼ੁਰੂ ਕੀਤਾ ਸੀ ਮੈਂ ਤੇ ਦੱਸਣਾ ਸੀ ਲੋਕਾਂ ਨੂੰ ਕਿ ਪਾਲੀ ਪੰਜਾਬ ਦੀ ਬੋਲੀ ਹੋਇਆ ਕਰਦੀ ਸੀ ਕਿਸੇ ਜ਼ਮਾਨੇ ਚ ਸ਼ੁਰੂਆਤ ਤੋਂ ਇੱਕ ਤਾਂ ਲਾਲਮਣੀ ਜੋਸ਼ੀ ਜੀ ਯਾਦ ਆਏ ਮੇਰੇ ਆਈਡੀਅਲ ਅਧਿਆਪਕ ਦੂਸਰੇ ਅਧਿਆਪਕ ਪੰਜਾਬੀ ਚ ਸਾਨੂੰ ਪੜਾਉਂਦੇ ਸਨ ਦਲੀਪ ਕੌਰ ਟਿਵਾਣਾ ਜੀ ਜੀ ਉਹ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਜਾਣ ਕੇ ਆਪਣੇ ਪਰਿਵਾਰ ਦੇ ਜੀ ਜਾਣ ਕੇ ਪੜਾਉਂਦੇ ਸੀ ਜੀ ਜੀ ਕਿਤੇ ਕੋਈ ਮੁਸ਼ਕਲ ਹੁੰਦੀ मैडम फोन ਕਰੋ ਜੀ ਮੈਡਮ ਚਿੱਠੀ ਲਿਖੋ ਜੀ ਉਹ ਉਹਦੀ ਲਿਖ ਦਿੰਦੇ ਚਿੱਠੀ ਹੂੰ ਹੂੰ ਇੱਕ ਦਿਨ ਬੈਠਿਆ ਬੈਠਿਆ ਮੇਰੇ ਮਨ ਚ ਖਿਆਲ ਆਇਆ ਜਦੋਂ ਮੈਂ ਨੌਕਰੀ ਲੱਗ ਗਿਆ ਪ੍ਰੋਫੈਸਰ ਹੋ ਗਿਆ ਵੀ ਮੈਂ ਮੈਡਮ ਦਲੀਪ ਕੋਟ ਟਿਵਾਣਾ ਤੋਂ ਸਾਰੀ ਉਮਰ ਕੰਮ ਲਈ ਗਿਆ ਜੀ ਆਪਣੇ ਦਰਸ਼ਕਾਂ ਨੂੰ ਮੈਂ ਇਹ ਦੱਸਦਾ ਕਿ ਆਪਣੇ ਅਧਿਆਪਕ ਕਿਹੋ ਜਿਹੇ ਹੁੰਦੇ ਹੂੰ ਹੂੰ ਉਹਨਾਂ ਨੂੰ ਯਾਦ ਕਰਨ ਨੂੰ ਤੇ ਉਹਨਾਂ ਦੀਆਂ ਗੱਲਾਂ ਕਰਨ ਨੂੰ ਉਹਨਾਂ ਦੀਆਂ ਗੱਲਾਂ ਸੁਣਾਉਣ ਨੂੰ ਦਿਲ ਕਰਦਾ ਜੀ 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 ਮੇਰੇ ਮਨ ਚ ਖਿਆਲ ਆਇਆ ਕਿ ਮੈਡਮ ਟਿਵਾਣਾ ਇਹ ਇਹਨਾਂ ਤੋਂ ਕੰਮ ਲਈ ਜਾਂਨਾ ਮੈਂ ਮੈਂ ਇਹਨਾਂ ਦੇ ਕੰਮ ਤਾਂ ਆਉਂਦਾ ਨਹੀਂ ਹੂੰ ਹੂੰ ਫਿਰ ਮੈਂ ਇਹਨਾਂ ਦਾ ਬੋਝ ਉਪਕਾਰਾਂ ਦਾ ਕਿਵੇਂ ਉਤਾਰੂੰਗਾ ਜੀ 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 ਮੈਂ 2-3 ਦਿਨ ਇਸ ਉਲਝਣ 'ਚ ਰਿਹਾ ਜੀ ਜਦੋਂ ਮੈਨੂੰ ਕੋਈ ਦਾ ਹੱਲ ਨਾ ਲੱਭਿਆ ਮੈਂ ਫਿਰ ਸੋਚਿਆ ਕਿ ਮੈਨੂੰ ਨੀ ਜਿਹੜੀ ਗੱਲ ਦਾ ਜਵਾਬ ਮਿਲ ਜਿਹੜੀ ਔਕੜ ਮੇਰੇ ਤੋਂ ਮੁਸ਼ਕਲ ਨਹੀਂ ਹੁੰਦੀ ਸੀ ਉਹ ਦਲੀਪ ਕੋਲ ਟਵਾਨਾ ਕਰਦੇ ਹੁੰਦੇ ਸੀ ਆਪਾਂ ਹੁਣ ਵੀ ਉਹਨਾਂ ਕੋਲ ਜਾਣੇ ਮੇਰੇ ਕੋਲ ਕੋਠੀ ਸੀ ਯੂਨੀਵਰਸਿਟੀ 'ਚ ਮਿਲੀ ਹੋਈ ਬੀ 1 ਜੀ ਇੱਕ ਕੋਈ ਕਤਾਰ ਚ ਬੀ ਕੋ ਟਾਈਪ ਕੋਠੀਆਂ ਅਖੀਰਲੀ ਕੋਠੀ ਬੀ 13 ਜੀ ਜੀ ਬੀ 13 ਮੈਡਮ ਦਿਲੀਵ ਕੋਟਵਾਣਾ ਦੀ ਅਕਸਰ ਮੈਂ ਜਾਂਦਾ ਰਹਿੰਦਾ ਸ਼ਾਮ ਨੂੰ ਕਦੀ ਸਵੇਰੇ ਛੁੱਟੀ ਵਾਲੇ ਦਿਨ ਮੈਡਮ ਕੋਲ ਜਾਣ ਚੱਲਣ ਨੂੰ ਜੀ ਕਰਦਾ ਮੈਡਮ ਨੇ ਗੱਲਾਂ ਸੁਣਨ ਨੂੰ ਜੀ ਕਰਦਾ ਮੈਂ ਮੈਡਮ ਦੇ ਸਾਹਮਣੇ ਮੁਸ਼ਕਲ ਰੱਖੀ ਮੈਂ ਕਿਹਾ ਮੈਡਮ ਮੈਂ ਸਾਰੀ ਉਮਰ ਤੁਹਾਡ ਨੂੰ ਖੇਚਲਾ ਦਿੰਦਾ ਰਿਹਾ ਤੁਹਾਡਾ ਤਾਂ ਕੋਈ ਮਾਮ ਕੰਮ ਕੀਤਾ ਨਹੀਂ ਫਿਰ ਮੈਂ ਆਪਣਾ ਭਾਰ ਕਿਵੇਂ ਆਪਣੇ ਸਿਰ ਤੋਂ ਉਤਾਰੂੰਗਾ ਇਹ ਆਸਾਨਾਂ ਦਾ ਭਾਰ ਇੰਨਾ ਹੋਈ ਜਾਂਦਾ ਮੈਡਮ ਹੱਸ ਪਈ ਕਹਿੰਦੇ ਤੈਨੂੰ ਭਾਰ ਕਿਉਂ ਲੱਗਦਾ ਏ ਮੈਂ ਕਿਹਾ ਜੀ ਹੈਗਾ ਭਾਰ ਫਿਰ ਕਹਿੰਦੇ ਐ ਕਰਪਨ ਨੂੰ ਮੈਂ ਤਾਂ ਤੇਰੇ ਤੋਂ ਵੱਡੀ ਆ ਉਮਰ 'ਚ ਵੀ ਤੇਰੀ ਟੀਚਰ ਵੀ ਆ ਰਤਬੇ 'ਚ ਵੀ ਤੂੰ ਤਾਂ ਮੇਰੇ ਤੋਂ ਵੱਡਾ ਇਸ ਹਿਸਾਬ 'ਚ ਹੋ ਹੀ ਨਹੀਂ ਸਕਦਾ ਜੇ ਤੂੰ ਇਹ ਕਰਜ਼ੇ ਉਤਾਰਨੇ ਨੇ ਤਾਂ ਤੂੰ ਆਪਣੇ ਤੋਂ ਛੋਟਿਆਂ ਦੀ ਮਦਦ ਕਰ ਹੂੰ ਤੂੰ ਮਿਹਨਤ ਕਰਦਾ ਹੁੰਦਾ ਸੀ ਆਖਾ ਮੰਨਦਾ ਹੁੰਦਾ ਸੀ ਇਸ ਕਰਕੇ ਚੰਗਾ ਲੱਗਦਾ ਹੁੰਦਾ ਸੀ ਤਾਂ ਤੇਰੀ ਮਦਦ ਕੀਤੀ ਹੁਣ ਤੈਨੂੰ ਵੀ ਤਾਂ ਚੰਗੇ ਵਿਦਿਆਰਥੀ ਮਿਲਣਗੇ ਜਿਹੜੇ ਵਿਦਿਆਰਥੀ ਮਿਹਨਤੀ ਹੋਣ ਚੰਗੇ ਹੋਣ ਆਖਾ ਮੰਨਦੇ ਹੋਣ ਤੇ ਕਿਸੇ ਮੁਸ਼ਕਲ 'ਚ ਆ ਜਾਣ ਫਿਰ ਤੇਰੇ ਬਿਨਾ ਉਹਨਾਂ ਦੀ ਮਦਦ ਕੌਣ ਕਰੂਗਾ ਵਾਹ ਇਹ ਸੀ ਪ੍ਰੇਰਨਾ ਇਨਸਪੀਰੇਸ਼ਨ ਦਾ ਸਰੋਤ ਲੋਕਾਂ ਦੀ ਹੈ ਤੇ ਡਾਕਟਰ ਗੰਡਾ ਸਿੰਘ ਉਹ ਕਦੀ ਕਦੀ ਪੜਾਣ ਆਉਂਦੇ ਸਾਨੂੰ ਜੀ ਆ ਕਦੀ ਮਹੀਨੇ ਚੱਕਵਾਰੀ ਆਗੇ ਕਦੀ ਦੋ ਵਾਰੀ ਆਗੇ ਜਦੋਂ ਮੈਂ ਪੀ ਐਚ ਡੀ ਕਰਦਾ ਸੀ ਮੈਂ ਸੁਣਦਾ ਕਿ ਹਿਸਟਰੀ ਡਿਪਾਰਟਮੈਂਟ ਚ ਉਹਨਾਂ ਦਾ ਲੈਕਚਰ ਰਿਟਾਇਰ ਹੋ ਗਏ ਸਨ ਮੈਂ ਜਦੋਂ ਰਿਸਰਚ ਸਕਾਲਰ ਸੀ ਜੀ ਜੀ ਲੇਕਿਨ ਲੈਕਚਰ ਚਾਹੇ ਸੈਨੇਟ ਹਾਲ ਚ ਕਿਸੇ ਸੈਮੀਨਾਰ ਚ ਚਾਹੇ ਡਿਪਾਰਟਮੈਂਟ ਚ ਛੋਟਾ ਮੋਟਾ ਕੋਈ ਪ੍ਰੋਗਰਾਮ ਮੈਂ ਉਡੀਕਦਾ ਰਹਿੰਦਾ ਸੀ ਡਾਕਟਰ ਗੰਡਾ ਸਿੰਘ ਕਦੀ ਆਣ ਕਦੀ ਉਹਨਾਂ ਨੂੰ ਸੁਣੀਏ ਜੀ ਜੀ ਉਹਨਾਂ ਤੋਂ ਜੋ ਇੱਕ ਦੋ ਗੱਲਾਂ ਮੈਂ ਸੁਣੀਆਂ ਚੰਗੀਆਂ ਲੱਗੀਆਂ ਯਾਦ ਰੱਖਣ ਯੋਗ ਨੇ ਸੁਣਾਇਆ ਉਹਨਾਂ ਨੇ ਕਿ ਮੁਗਲਾਂ ਨੇ ਹਿੰਦੁਸਤਾਨ ਦੇ ਵਸਨੀਕਾਂ ਤੇ ਕੀ ਕੀ ਜ਼ਿਆਤਾਂ ਕੀਤੀਆਂ ਹੂੰ ਹੂੰ ਦੇਖੋ ਸਿੱਖ ਹੋਣ ਦੇ ਨਾਤੇ ਆਪਾਂ ਨੂੰ ਤਾਂ ਸਭ ਤੋਂ ਵੱਧ ਪਤਾ ਹੈ ਵੀ ਜੇ ਤੁਹਾਨੂੰ ਬੰਦਾ ਕਾਫਰ ਲੱਗਦਾ ਹੈ ਤੇ ਕਾਫਰਾਂ ਨੂੰ ਜਿਉਣ ਦਾ ਹੱਕ ਨਹੀਂ ਦੇਣਾ ਤਾਂ ਫਿਰ ਤੁਸੀਂ ਗੋਲੀ ਮਾਰੋ ਮਾਰ ਦਿਓ ਜੀ ਜੀ ਕਿਰਪਾਨ ਨਾਲ ਗਲ ਵਟ ਦਿਓ ਹੂੰ ਹੂੰ ਇਹ ਕੀ ਹੋਇਆ ਵੀ ਬੰਦ ਬੰਦ ਕਟੋ ਖੋਪਰੀਆਂ ਉਤਾਰੋ ਚਰਖੀਆਂ ਤੇ ਚੜੋ ਆੜਿਆਂ ਨਾਲ چیرੋ ਮਾਸੂਮ ਬੱਚਿਆਂ ਨੂੰ ਨਹੀਂ ਹਾਂ ਚ ਚਿੰਨ ਦਿਓ ਹੂੰ ਹੂੰ ਇਹ ਕਾਹਦਾ ਇਸਲਾਮ ਹੋਇਆ ਤੇ ਕਾਦੀ ਹਕੂਮਤ ਹੋਈ ਹੈ ਹੂੰ ਹੂੰ ਮੈਂ ਉਹਨਾਂ ਨੂੰ ਪੁੱਛਿਆ ਡਾਕਟਰ ਗੰਡਾ ਸਿੰਘ ਨੂੰ ਵੀ ਇੰਨੇ ਜ਼ੁਲਮ ਕਰਦਿਆਂ ਕੋਈ ਸੰਗ ਨਹੀਂ ਲੱਗੀ ਮੁਗਲਾਂ ਨੂੰ ਜੀ ਜੀ ਉਹ ਕਹਿੰਦੇ ਰੱਬ ਨੇ ਨਿਆਂ ਕਰਨਾ ਹੁੰਦਾ ਹੂੰ ਹੂੰ ਤੁਸੀਂ ਹਾਲੇ ਤਾਂ ਮੁਗਲਾਂ ਨੇ ਕੀ ਕੀ ਕੀਤਾ ਹਿੰਦੂਆਂ ਤੇ ਹਿੰਦੁਸਤਾਨ ਤੇ ਹਾਲੇ ਤਾਂ ਉਹ ਪੜ ਰਹੇ ਹੋ ਨਾ ਹੂੰ ਹੂੰ ਇਹਦੇ ਤੋਂ ਬਾਅਦ ਤੁਸੀਂ ਉਹ ਵੀ ਪੜਿਓ ਕਿ ਬ੍ਰਾਹਮਣ ਨੇ ਛੂਦਰਾਂ ਤੇ ਕੀ ਕੀਤਾ ਹੂੰ ਤੁਸੀਂ ਖੌਫਨਾਕ ਵੇਰਵੇ ਪੜੋਗੇ ਜਦ ਰੱਬ ਨੇ ਦੇਖਿਆ ਕਿ ਮਨੁੱਖ ਮਨੁੱਖ ਤੇ ਇੰਨਾ ਜ਼ੁਲਮ ਕਰ ਰਿਹਾ ਹੈ ਇਹਨੂੰ ਸਜ਼ਾ ਮਿਲੇਗੀ। ਹਮਮ ਰੱਬ ਨੇ ਇਸ ਲਈ ਸਜ਼ਾ ਦਿੱਤੀ ਹਿੰਦੁਸਤਾਨ ਨੂੰ ਕਿ ਛੂਦਰਾਂ ਉੱਤੇ ਜ਼ੁਲਮ ਹੋਇਆ ਸੀ। ਹਮ ਇੱਕ ਦਿਨ ਕੀ ਹੋਇਆ ਪੜ ਲਿਖ ਗਏ ਅਸੀਂ ਨੌਕਰੀਆਂ ਲੱਗ ਗਏ ਚਾਰ ਪੰਜ ਦੋਸਤ ਕਿਸੇ ਵਿਆਹ 'ਚ ਇਕੱਠੇ ਹੋ ਗਏ। ਜੀ। ਬ੍ਰੇਕਫਾਸਟ ਕਰ ਲਿਆ। ਇੱਕ ਦੋਸਤ ਕਹਿੰਦਾ ਅਸੀਂ ਇੱਕ ਟੇਬਲ ਤੇ ਬੈਠੇ ਚਾਰ ਪੰਜ ਜਣੇ ਜੀ ਜੀ ਕਦੀ ਜਨਜਮਾਤੀ ਸਾਂ ਕਦੀ ਨੌਕਰੀਆਂ ਚ ਇੱਕ ਦੂਸਰੇ ਦੇ ਨਾਲ ਸਾਂ ਯਾਨੀ ਕਿ ਮਿੱਤਰਤਾ ਸੀ ਇੱਕ ਕਹਿੰਦਾ ਬ੍ਰੇਕਫਾਸਟ ਆਪਾਂ ਕਰ ਲਿਆ ਜੀ ਹੁਣ ਤਿੰਨ ਚਾਰ ਘੰਟੇ ਇੱਥੇ ਖੱਪਖਾਨਾ ਹੀ ਪਏਗਾ ਡੜਾ ਮਦੜਾ 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 ਆਪਾਂ ਲੰਚ ਵੇਲੇ ਆ ਜਾਾਂਗੇ ਆਪਾਂ ਡਾਕਟਰ ਗੰਡਾ ਸਿੰਘ ਨੂੰ ਦੇਰ ਹੋ ਗਈ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਮਿਲ ਕੇ ਆਈਏ ਜੀ ਜੀ ਕੋਈ ਵਿਵਾਦ ਹੀ ਨਹੀਂ ਸਾਰੇ ਤਿਆਰ ਹਮ ਕਾਰ ਚ ਅਸੀਂ ਬੈਠੇ ਡਾਕਟਰ ਗੰਡਾ ਸਿੰਘ ਦੇ ਘਰ ਲੋਅਰ ਮਾਲ ਚਲੇਗੇ। ਵਰਾਂਡੇ 'ਚ ਬੈਠੇ ਲੇਖ ਪੜ੍ਹ ਰਹੇ ਸੀ। ਜੀ। ਲਾਂਚ ਸੀ ਜਿਹੜਾ ਉਹਦੇ ਵੱਲ ਪਿੱਠ ਸੀ ਉਹਨਾਂ ਦੀ। ਹੂੰ ਹੂੰ। ਅਸੀਂ ਦੇਖਿਆ ਕਿ ਬਹੁਤ ਬਿਜ਼ੀ ਨੇ ਤੇ ਹਲੇ ਨਹੀਂ ਇਹਨਾਂ ਨੂੰ ਡਿਸਟਰਬ ਕਰਨਾ। ਇਕੱਲੇ ਇਕੱਲੇ ਜਣੇ ਨੇ ਉਹਨਾਂ ਦੇ ਲਾਗੇ ਪਈ ਇੱਕ ਇੱਕ ਕੁਰਸੀ ਚੁੱਕੀ ਬਿਨਾਂ ਖੜਾ ਕੀਤਾ ਵਰਾਂਡੇ ਤੋਂ ਬਾਹਰ ਅਸੀਂ ਲਾਂਚ ਲਏਗੇ। ਉੱਥੇ ਚੁੱਪਚਾਪ ਬੁੱਲਾਂ ਤੇ ਉਂਗਲ ਰੱਖ ਲਈ ਕਿ ਗੱਲ ਨਹੀਂ ਕਰ। ਹੂੰ ਹੂੰ। ਡਿਸਟਰਬ ਨਾ ਹੋਣ ਡਾਕਟਰ ਸਾਹਿਬ। ਅਸੀਂ ਬੈਠੇ ਰਹੇ ਸਾਡੇ ਵੱਲ ਦੇਖਿਆ ਹੀ ਨਹੀਂ ਉਹਨਾਂ ਨੇ ਹੂੰ ਹੂੰ 10 ਮਿੰਟ 15 ਮਿੰਟ ਅੱਧ ਘੰਟਾ ਤਕਰੀਬਨ ਹੋ ਗਿਆ ਹੌਲੀ ਦੇ ਕੇ ਮੈਂ ਕਿਹਾ ਕਿ ਭਈਓ ਅੱਜ ਤਾਂ ਮਿਲਣਾ ਨਹੀਂ ਇਹਨਾਂ ਨੇ ਆਪਾਂ ਨੂੰ ਡਾਕਟਰ ਸਾਹਿਬ ਨੇ ਬਿਜ਼ੀ ਨੇ ਬਹੁਤ ਬਸ ਫਿਰ ਆਪਾਂ ਕਦੇ ਫੇਰ ਆ ਜਾਾਂਗੇ ਹਮਮਮ ਹੋਰ ਚਾਹ ਰਹੇ ਨਹੀਂ ਸੀ ਕੋਈ ਹਮਮਮ ਸਾਰੇ ਕਹਿੰਦੇ ਫੇਰ ਆ ਜਾਾਂਗੇ ਅਸੀਂ ਕੁਰਸੀਆਂ ਤੋਂ ਉੱਠੇ ਜਦੋਂ ਜਾਣ ਲੱਗੇ ਸਾਡੇ ਵੱਲ ਮੂੰਹ ਕਰਕੇ ਡਾਕਟਰ ਗੰਡਾ ਸਿੰਘ ਕਹਿੰਦੇ ਉਹ ਕੁਰਸੀਆਂ ਜਿਹੜੀਆਂ ਤੁਸੀਂ ਚੱਕ ਕੇ ਉੱਥੇ ਲੈ ਗਏ ਸੀ ਉਹ ਮੈਂ ਲਿਆਵਾਂ ਹੁਣ ਇੱਥੇ ਵਾਜੀ ਕੁਰਸੀਆਂ ਤਾਂ ਕਿਹਨੂੰ ਯਾਦ ਉਹ ਤਾਂ ਬਾਤ ਦਾ ਕੰਮ ਆ ਅਸੀਂ ਸਾਰਿਆਂ ਨੇ ਚਰਨੀ ਹੱਥ ਲਾਈ ਡਾਕਟਰ ਗੰਡਾ ਸਿੰਘ ਦੇ ਸਾਰ ਅਸੀਂ ਤੁਹਾਨੂੰ ਮਿਲਣ ਆਏ ਸੀ ਤੁਸੀਂ ਸਾਨੂੰ ਦੇਖ ਲਿਆ ਬਸ ਸਾਡਾ ਇੱਥੇ ਆਉਣਾ ਸਫਲ ਹੋ ਗਿਆ ਸਾਡੇ ਤੇ ਅਸੀਸ ਰੱਖਿਓ ਅਸੀਂ ਤੁਹਾਡੇ ਵਿਦਿਆਰਥੀ ਹੂੰ ਇਹੋ ਜਿਹੇ ਟੀਚਰਾਂ ਤੇ ਮਾਣ ਹੈ ਜੀ ਇਹੋ ਜਿਹੇ ਟੀਚਰਾਂ ਦੀਆਂ ਗੱਲਾਂ ਸੁਣਾਉਣ ਨੂੰ ਦਿਲ ਕਰਦਾ ਜੀ ਮੈਂ ਇਹ ਗੱਲਾਂ ਇੱਕ ਦਿਨ ਆਪਣੇ ਕਲਾਸ 'ਚ ਸੁਣਾ ਦਿੱਤੀਆਂ ਜੀ ਆਪਣੇ ਸਟੂਡੈਂਟਸ ਨੂੰ ਹੂੰ ਮੈਂ ਕਿਹਾ ਮੇਰੇ ਟੀਚਰ ਸੁਣਾਵਾਂ ਤੁਹਾਨੂੰ ਕਿਹੜੇ-ਕਿਹੜੇ ਸਨ ਡਾਕਟਰ ਤਾਰਨ ਸਿੰਘ ਪ੍ਰੋਫੈਸਰ ਹਰਬੰਦ ਸਿੰਘ ਜੀ ਐਸ ਰਿਆਲ ਡਾਕਟਰ ਗੰਡਾ ਸਿੰਘ ਦਲੀਪ ਕੌਰ ਟਿਵਾਣਾ ਇਹੋ ਜਿਹੇ ਟੀਚਰ ਸਨ ਮੇਰੇ ਹੂੰ ਇੱਕ ਸਟੂਡੈਂਟ ਕਹਿੰਦਾ ਜੀ ਤੁਹਾਡੀ ਤਾਂ ਸਰ ਕਿਸਮਤ ਚੰਗੀ ਸੀ ਇਹੋ ਜਿਹੇ ਟੀਚਰ ਮਿਲ ਗਏ ਤੁਹਾਨੂੰ ਸਾਡੀ ਕਿਸਮਤ ਫੁੱਟ ਗਈ ਤੋ ਇਹਨਾਂ ਵਿਦਿਆਰਥੀਆਂ ਨੂੰ ਵੀ ਪ੍ਰਣਾਮ ਵਾਹਿਗੁਰੂ ਤੇ ਇਦਾਂ ਚਲੋ ਅਕੈਡੈਮਿਕ ਤੌਰ ਦੇ ਤੇ ਜਿਵੇਂ ਜਿਵੇਂ ਆਪਣੇ ਸਕੂਲਾਂ ਕਾਲਜਾਂ ਚ ਆਏ ਉਹ ਵੀ ਆ ਪਰ ਆਪਾਂ ਜਾਂਦੇ ਜਾਂਦੇ ਇੱਕ ਅੱਧੀ ਕੋਈ ਬਾਹਰਲੀ ਵੀ ਜਿਵੇਂ 12ਵੀਂ ਬਹੁਤ ਸਾਰੇ ਲੋਕ ਇਦਾਂ ਦੇ ਮਿਲਦੇ ਆ ਜੀਵਨ ਚ ਜਿਹੜੇ ਤੁਹਾਨੂੰ ਬਹੁਤ ਕੁਝ ਸਿਖਾ ਜਾਂਦੇ ਆ ਤੇ ਉਹ ਤਾਂ ਡਿਪੈਂਡ ਤਾਂ ਕਰਦਾਗਾ ਸਿੱਖਣ ਵਾਲੇ ਤੇ ਉਹਨੇ ਕਿਵੇਂ ਸਿੱਖਣੀ ਆ ਤੇ ਪਰ ਫਿਰ ਵੀ ਤੁਹਾਨੂੰ ਕੋਈ ਕੋਈ ਕਦੀ ਯਾਦ ਕੋਈ ਸਤਨਾਮ ਸਿੰਘ ਖਮਾਰ ਕੌਣ ਸਨ ਮੈਂ ਜਾਣਦਾ ਨਹੀਂ ਸੀ ਜੀ ਮੈਨੂੰ ਬਤੌਰ ਪ੍ਰੋਫੈਸਰ ਯੂਨੀਵਰਸਿਟੀ ਚ ਸੇਵਾਵਾਂ ਨਿਭਾਉਣ ਦੀ ਮਿਲ ਗਈ ਸੀ ਆ ਗਿਆ ਤੇ ਮੈਂ ਮੁਸ਼ਾਇਰਾ ਅਟੈਂਡ ਕਰਨ ਦਾ ਸ਼ੌਕੀਨ ਆ ਜੀ ਮੈਂ ਨੋਟਿਸ ਪੜ੍ਹਿਆ ਕਿ ਮੁਸ਼ਾਇਰਾ ਹੋ ਰਿਹਾ ਹੈ ਸ਼ਾਮ ਨੂੰ ਅੱਜ ਮੈਂ ਮੁਸ਼ਾਇਰਾ ਅਟੈਂਡ ਕਰਨ ਵਾਸਤੇ ਚਲਾ ਗਿਆ ਉੱਥੇ ਸਾਰੇ ਸ਼ਾਇਰ ਅੱਛੇ ਲੱਗੇ ਲੇਕਿਨ ਇੱਕ ਨਾਂ ਸੀ ਬਾਰ-ਬਾਰ ਡਿਮਾਂਡ ਆ ਰਹੀ ਸੀ ਸਤਨਾਮ ਸਿੰਘ ਖੁਮਾਰ ਹਮ ਹਮ ਉਹਦੀਆਂ ਸ਼ੇ ਗ਼ਜ਼ਲਾਂ ਉਹਦੇ ਸ਼ੇਰ ਲਾਜਵਾਬ ਛਾਇਆ ਸੀ ਸਾਰਿਆਂ ਤੇ ਮੈਂ ਨਾਲ ਬੈਠੇ ਪ੍ਰੋਫੈਸਰ ਨੂੰ ਪੁੱਛਿਆ ਇਹ ਖੁਮਾਰ ਸਾਹਿਬ ਕੌਣ ਨੇ ਕਿੱਥੋਂ ਆਏ ਨੇ ਉਹ ਕਹਿੰਦੇ ਇਹ ਦਿੱਲੀ ਹੁੰਦੇ ਸੀ ਹਮ ਕਰਨਾਲ ਵੀ ਰਹੇ ਹਮ ਹੁਣ ਆਪਣੀ ਯੂਨੀਵਰਸਿਟੀ ਚ ਸਾਈਕੋਲੋਜੀ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਹੈ بطور ਪ੍ਰੋਫੈਸਰ ਹਮ ਹਮ ਲੋ ਜੀ ਕਮਾਲ ਹੈ ਸਾਡੀ ਯੂਨੀਵਰਸਿਟੀ ਆ ਗਈ ਮੈਂ ਇੱਕ ਦੋ ਰਿਸਰਚ ਸਕਾਲਰਾਂ ਨੂੰ ਕਿਹਾ ਜਿਹੜੇ ਸਾਈਕੋਲੋਜੀ ਦੇ ਉਹਨਾਂ ਦੇ ਸਟੂਡੈਂਟਸ ਹਨ ਡਿਪਾਰਟਮੈਂਟ ਦੇ ਹਮ 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 ਮੈਂ ਹਮੈਂਸ ਖੁਮਾਰ ਸਾਹਿਬ ਨੂੰ ਸੁਣਿਆ ਮੈਂ ਉਹਨਾਂ ਦਾ ਮੁਰੀਦ ਹੋ ਗਿਆ ਸਰੋਤਾ ਉਹਨਾਂ ਦਾ ਮੈਨੂੰ ਮਿਲਾ ਦਿਓ ਮਿਲਾ ਦਾਂਗੇ ਬਸ ਮਿਲਾ ਦਾਂਗੇ ਕਹਿ ਕੇ ਗੱਲ ਖਤਮ ਇੱਕ ਦੋ ਟੀਚਰਾਂ ਨੂੰ ਵੀ ਕਿਹਾ ਜੀ ਮੈਨੂੰ ਸਤ ਖੁਮਾਰ ਸਾਹਿਬ ਕੋਲ ਲੈ ਚੱਲੋ ਹੂੰ ਹੂੰ ਲੈ ਚੱਲਾਂਗੇ ਅੱਗੇ ਕੋਈ ਗੱਲ ਨਹੀਂ ਇੱਕ ਦਿਨ ਮੈਂ ਕਿਹਾ ਮੈਨੂੰ ਨਹੀਂ ਕੋਈ ਮਲਾਉਂਦਾ ਮੈਂ ਆਪੇ ਮਿਲ ਲੈਣਾ ਜਾ ਕੇ ਹੂੰ ਹੂੰ ਮੇਰੇ ਮੱਝ ਝਿਜਕ ਸੀ ਪ੍ਰੋਫੈਸਰ ਸਨ ਉਹ ਤਾਂ ਕੋਈ ਨਹੀਂ ਚਲੋ ਮੇਰੇ ਕੁਲੀਗ ਨੇ ਲੇਕਿਨ ਸ਼ਾਇਰ ਬਹੁਤ ਵੱਡੇ ਸਨ ਮੇਰੇ ਤੇ ਇਸ ਗੱਲ ਦਾ ਅਸਰ ਸੀ ਹੁਣ ਵੀ ਅਸਰ ਹੂੰ ਹੂੰ ਮੈਂ ਚਲਾ ਗਿਆ ਉਹਨਾਂ ਕੋਲ ਉਹਨਾਂ ਨੂੰ ਸੱstriਕਾਰ ਬੁਲਾਈ ਮੈਂ ਕਿਹਾ ਸਰ ਮੈਂ ਤੁਹਾਡਾ ਸਰੋਤਾ ਵੀ ਆ ਪ੍ਰਸ਼ੰਸਕ ਵੀ ਮੈਂ ਤੁਹਾਨੂੰ ਮੁਸ਼ਾਇਰੇ 'ਚ ਸੁਣਿਆ ਸੀ ਅੱਛਾ ਕੀ ਨਾਮ ਹੈ ਆਪਕਾ ਉਰਦੂ ਬੋਲਦੇ ਹੁੰਦੇ ਸੀ ਮੈਂ ਕਿਹਾ ਆਪਣਾ ਨਾਮ ਦੱਸਿਆ ਮੈਂ ਡਿਪਾਰਟਮੈਂਟ ਦੱਸਿਆ ਆਪਕਾ ਆਪ ਵੀ ਕੁਝ ਨਜ਼ਮ ਮੈਂ ਗ਼ਜ਼ਲ ਮੈਂ ਕੁਝ ਕਰਤੇ ਹੋ ਆਪਕਾ ਵੀ ਕੁਝ ਸ਼ੌਕ ਹੈ ਮੈਂ ਕਿਹਾ ਹਾਂ ਜੀ ਮੈਂ ਗ਼ਜ਼ਲ ਲਿਖਦਾ ਕੁਝ ਸੁਣਾਓ ਸੁਨਾਈਏ ਫਿਰ ਬੈਠੀਏ ਮੈਂ ਖੁਮਾਰ ਸਾਹਿਬ ਨੂੰ ਖੁਮਾਰ ਸਾਹਿਬ ਦੀਆਂ ਗ਼ਜ਼ਲਾਂ ਸੁਣਾਉਣ ਲੱਗ ਗਿਆ ਮੈਂ ਨੋਟ ਕਰਦਾ ਰਹਿੰਦਾ ਜਦੋਂ ਮੈਂ ਕਿਤੇ ਮੁਸ਼ਾਇਰੇ ਜਾਂਦਾ ਉਹ ਫਿਰ ਜਿਹੜੇ ਸ਼ੇਅਰ ਚੰਗੇ ਲੱਗਦੇ ਨੇ ਨੋਟ ਕਰਦਾ ਤੇ ਫਿਰ ਮੈਂ ਉਹ ਬਾਰ-ਬਾਰ ਪੜ੍ਹ ਹੀ ਜਾਂਦਾ ਉਹ ਯਾਦ ਹੋ ਜਾਂਦੇ ਨੇ ਮੈਂ ਖੁਮਾਰ ਸਾਹਿਬ ਨੂੰ ਉਹਨਾਂ ਦੀਆਂ 3-4 ਗ਼ਜ਼ਲਾਂ ਸੁਣਾਤੀ ਅੱਛਾ ਕੁਰਸੀ ਤੋਂ ਉੱਠੇ ਜਫੀ ਪਾਲੀ ਪੱਕਾ ਹੀ ਪੱਕੀ ਦੋਸਤੀ ਹੋਈ ਪੰਨੂ ਸਾਹਿਬ ਆਪਕੇ ਸਾਥ ਤੋ ਘਰ ਇੱਕ ਦੂਜੇ ਦੇ ਆਉਣ ਜਾਣ ਹੋ ਗਿਆ ਦੁੱਖ ਸੁੱਖ ਦੇ ਵਿੱਚ ਸਹਾਈ ਹੋਣ ਲੱਗੇ ਫਿਰ ਇੱਕ ਵਾਰੀ ਮੈਨੂੰ ਕਹਿੰਦੇ ਮੇਰਾ ਇੱਕ ਦੋਸਤ ਹੈ ਹੈਗਾ ਤਾਂ ਸਾਧੂ ਹੂੰ ਹੂੰ ਗੁਣੀ ਬਹੁਤ ਹੈ ਜੀ ਜੀ Swami Nityanand ਹੂੰ ਉਹ ਦਿੱਲੀ ਆਏ ਹੋਏ ਨੇ ਹੂੰ ਹੂੰ ਉਹਨਾਂ ਨੂੰ ਮਿਲ ਕੇ ਆਉਣਾ ਤੂੰ ਨਾਲ ਚੱਲਣੇ ਛੁੱਟੀਆਂ ਹੈਗੀਆਂ ਆਪਾਂ ਨੂੰ ਤੂੰ ਨਾਲ ਚੱਲੇਗਾ ਸਫਰ ਵਧੀਆ ਉਹ ਨਾਲੇ ਤੂੰ ਦੇਖੇਗਾ ਕਿ ਬੰਦਾ ਬਹੁਤ ਵਧੀਆ ਉਹ ਹੂੰ ਹੂੰ ਮਤਲਬ ਆਪਣੇ ਸਰੋਤਿਆਂ ਨੂੰ ਆਪਾਂ ਇਹ ਦੱਸਣਾ ਵੀ ਉਸਤਾਦਾਂ ਤੋਂ ਉੱਪਰ ਉਸਤਾਦ ਕਿਹੋ ਜੇ ਪਏ ਨੇ ਹੂੰ ਹੂੰ ਉਹ ਲੋਕ ਕਹਾਣੀਆਂ ਚੋਂ ਹੁੰਦਾ ਹੈ ਵੀ ਤੀਰ ਅੰਦਾਜ਼ ਤੇਰੇ ਤੋਂ ਵੀ ਵੱਡਾ ਕੋਈ ਹੈ ਉਹ ਜਵਾਬ ਦਿੰਦਾ ਹੁੰਦਾ ਤੀਰ ਅੰਦਾਜ਼ ਬਹੁਤ ਭਾਈ ਧੀਂਗ ਤੇ ਧੀਂਗ ਪਏ ਨੇ ਧੀਂਗ ਮੈਨੇ ਸ਼ਬਦ ਜਿਹੜਾ ਠੰਗਾਣਾ ਜਾਂ ਧੀਂਗ ਇਹਦੇ ਮੈਨੇ ਹੁੰਦਾ ਤਕੜਾ ਤਕੜਾ ਹਾਂਜੀ ਤਕੜੇ ਤੋਂ ਤਕੜੇ ਵੱਡੇ ਤੋਂ ਵੱਡੇ ਪਏ ਨੇ ਭਾਈ ਹਾਂਜੀ ਹਾਂਜੀ ਤੋਂ ਖੁਮਾਰ ਸਾਹਿਬ ਨੇ ਕਿਹਾ ਕਿ ਬਹੁਤ ਵੱਡਾ ਮਾਈਂਡ ਹੈ ਆਪਾਂ ਮਿਲਾਂਗੇ ਕੁਛ ਨਾ ਕੁਛ ਹਾਸਲ ਹੀ ਹੋਏਗਾ ਹੂੰ ਹੂੰ ਮੈਂ ਕਿਹਾ ਚਲੋ ਚੱਲੇ ਚੱਲਦੇ ਹਾਂ ਅਸੀਂ ਚਲੇ ਗਏ ਸਵਾਮੀ ਜੀ ਦੇ ਚਰਨ ਛੂਹੇ ਬੈਠੇ ਹੋਰ ਲੋਕ ਵੀ ਆਏ ਹੋਏ ਸਨ ਕੁਝ ਪੁੱਛ ਰਹੇ ਸਨ ਕੁਝ ਦੱਸ ਰਹੇ ਸਨ ਇਸ ਤਰ੍ਹਾਂ ਰੌਣਕ ਲੱਗੀ ਹੋਈ ਸੀ ਹਮਮ 100 ਕ ਲੋਕ ਹੋਣਗੇ ਮੈਨੂੰ ਖੁਮਾਰ ਸਾਹਿਬ ਕਹਿੰਦੇ ਕੁਝ ਪੁੱਛਣਾ ਹੈ ਕੋਈ ਗੱਲ ਕਰਨੀ ਹੈ ਮੈਂ ਕਿਹਾ ਹਾਂ ਜੀ ਕਰ ਲੈਣੇ ਆਪਾਂ ਦੂਰੋਂ ਆਏ ਆ ਕਰੋ ਫਿਰ ਮੈਂ ਕਿਹਾ ਸਵਾਮੀ ਜੀ ਮੇਰਾ ਨਾਮ ਇਹ ਹੈ ਮੈਂ ਫਲਾਣੇ ਥਾਂ ਤੇ ਨੌਕਰੀ ਕਰਦਾ ਖੁਮਾਰ ਸਾਹਿਬ ਦਾ ਦੋਸਤ ਆ ਪਹਿਲੀ ਵਾਰੀ ਦਰਸ਼ਨ ਕੀਤੇ ਖੁਮਾਰ ਸਾਹਿਬ ਦੀ ਮਿਹਰਬਾਨੀ ਸਦਕਾ ਇਹਨਾਂ ਦਾ ਤੇ ਤੁਹਾਡਾ ਸ਼ੁਕਰਾਨਾ ਜੀ ਮੈਂ ਤੁਹਾਡੇ ਤੋਂ ਸਵਾਲ ਇਹ ਪੁੱਛਣਾ ਹੈ ਕਿ ਕਦੀ ਇਸ਼ਕ ਕੀਤਾ ਹੂੰ ਉਹ ਕਹਿੰਦੇ ਇਸ਼ਕ ਦੇ ਸਹਾਰੇ ਤਾਂ ਸਾਰਾ ਬ੍ਰਹਿਮੰਡ ਖਲੋਤਾ ਹੈ ਹੂੰ ਹਿੰਦੀ ਬੋਲਦੇ ਸਨ ਤੋ ਇਹਦੇ ਚ ਕੀ ਵਿਵਾਦ ਮੈਂ ਕਿਹਾ ਨਾ ਮੈਂ ਕੋਈ ਮਿਸਟਿਕ ਕੋਈ ਰਿਲੀਜੀਅਸ ਕੁਐਸਚਨ ਨਹੀਂ ਪੁੱਛਿਆ ਮੈਂ ਤਾਂ ਦੁਨੀਦਾਰੀ ਦੁਨੀਆਦਾਰੀ ਦਾ ਸਵਾਲ ਪੁੱਛਿਆ ਹੂੰ ਹੂੰ ਕੋਈ ਕੁੜੀ ਕਿਸੇ ਕੁੜੀ ਨੂੰ ਪਿਆਰ ਕੀਤਾ ਹੂੰ ਰੁਕੇ ਕਹਿੰਦੇ ਹਾਂ ਇੱਕ ਹੋਈ ਸੀ ਗੱਲ ਇਸ ਤਰ੍ਹਾਂ ਦੀ ਕੁਛ ਉਹ ਇਸ਼ਕ ਸੀ ਕਿ ਬੇਕੂਫੀ ਸੀ ਸ਼ਦਾ ਸੀ ਪਾਗਲਪਨ ਸੀ ਇਹ ਤਾਂ ਤੁਸੀਂ ਹਿਸਾਬ ਲਾ ਲਿਓ ਪਰ ਇੱਕ ਵਾਰ ਇੱਕ ਘਟਨਾ ਘਟੀ ਸੀ ਜੀ ਮੈਂ ਕਿਹਾ ਕੀ ਘਟੀ ਸੀ ਕਹਿੰਦੇ ਮੈਂ 10ਵੀਂ ਚ ਪੜਦਾ ਸੀ ਹੂੰ ਹੂੰ ਮੇਰਾ ਇੱਕ ਦੋਸਤ ਜਮਾਤੀ ਕਦੀ ਕਦਾਈਂ ਜਦੋਂ ਫੁਰਸਤ ਮਿਲਦੀ ਉਹ ਦੱਸਿਆ ਕਰਦਾ ਕਿ ਉਹਨਾਂ ਦੇ ਗੁਆਂਢ 'ਚ ਇੱਕ ਕੁੜੀ ਰਹਿੰਦੀ ਉਹ ਬਹੁਤ ਸੋਹਣੀ ਹੈ ਹੂੰ ਹੂੰ ਕਿੰਨੀ ਸੋਹਣੀ ਹੈ ਜਦੋਂ ਉਹ ਬਿਆਨ ਕਰਦਾ ਮੇਰੇ ਮਨ 'ਚ ਤਸਵੀਰ ਉਕਰਨੀ ਤਸਵੀਰ ਉੱਭਰਨੀ ਸ਼ੁਰੂ ਹੋ ਗਈ ਜੀ ਇੰਨੀ ਸੋਹਣੀ ਕੁੜੀ ਹੂੰ ਹੂੰ ਤਿੰਨ ਚਾਰ ਮਹੀਨੇ ਲੰਘ ਗਏ ਮੈਂ ਇੱਕ ਦਿਨ ਉਹਨੂੰ ਕਿਹਾ ਤਰਨਮ ਸੀ ਉਹਦਾ ਨਾਮ ਅੱਛਾ ਮੈਂ ਉਹਨੂੰ ਕਿਹਾ ਕਿ ਮੈਨੂੰ ਦਿਖਾ ਦੇ ਤਰਨਮ ਕਿਸੇ ਦਿਨ ਹੂੰ ਹੂੰ ਉਹ ਕਹਿੰਦਾ ਹਾਂ ਤੂੰ ਸਾਡੇ ਘਰ ਆ ਜੀ ਸਾਡੇ ਤਾਂ ਗਵਾਂਢ ਚ ਐ ਉਹ ਹੂੰ ਹੂੰ ਅਸੀਂ ਇਕੱਠੇ ਪੜਦੇ ਰਹਨੇ ਆ ਤੂੰ ਆ ਜੀ ਫਿਰ ਮੈਂ ਉਹਨਾਂ ਦੇ ਘਰ ਚਲਾ ਗਿਆ ਉਹਨੇ ਤਰਨਮ ਨੂੰ ਬੁਲਾਇਆ ਹੂੰ ਹੂੰ ਕਹਿੰਦਾ ਆ ਜਾ ਬੈਠ ਜਾ ਇੱਥੇ ਤਰਨਮ ਆ ਰਹੀ ਹੈ ਕਹਿੰਦਾ ਜੀ ਤਰਨਮ ਆ ਰਹੀ ਹੈ ਮੇਰੀਆਂ ਅੱਖਾਂ ਚ ਸੁਫਨੇ ਛਾ ਗਏ ਹੂੰ ਹੂੰ ਉਹ ਸੰਸਾਰ ਦੀ ਨਾਇਆਬ ਖੂਬਸੂਰਤੀ ਜਿਹੜੀ ਅੱਜ ਤੱਕ ਨਹੀਂ ਦੇਖੀ ਉਹ ਹੁਣ ਦੇਖਾਂਗੇ ਹੂੰ ਹੂੰ ਉਡੀਕਣ ਲੱਗੇ ਇੱਕ ਕੁੜੀ ਆ ਗਈ ਕਹਿੰਦਾ ਨਿਤਿਆ ਆ ਦੇਖ ਤਰਨਮ ਆ ਗਈ ਹੂੰ ਕਹਿੰਦਾ ਮੈਂ ਉਹ ਆਉਂਦੀ ਦੇਖ ਲਈ ਸੀ ਖਲੋਤੀ ਵੀ ਦੇਖ ਲਈ ਕਹਿੰਦਾ ਮੈਂ ਕਿਹਾ ਇਹ ਤਰਨਮ ਮੈਂ ਜਿੱਦਿਆਂ ਤੂੰ ਗੱਲਾਂ ਕਰਦਾ ਹੁੰਦਾ ਸੀ ਕਹਿੰਦਾ ਹਾਂ ਕਹਿੰਦਾ ਜੀ ਉਹ ਤਾਂ ਸਿੱਧੀ ਸੱਧੀ ਜਿਹੀਆਂ ਕੁੜੀਆਂ ਹੁੰਦੀਆਂ ਨੇ ਉਹ ਹੀ ਜੀ ਸੀ ਹੂੰ ਹੂੰ ਜਿਹੜੀ ਕੁੜੀ ਨੂੰ ਮੈਂ ਸਮਝਿਆ ਸੀ ਤਰਨੰਮ ਉਹ ਜੀ ਉਹ ਤਾਂ ਹੈ ਹੀ ਨਹੀਂ ਸੀ ਇਹ ਹੂੰ ਹੂੰ ਬਸ ਕਹਿੰਦਾ ਮੈਂ ਫਿਰ ਨਾ ਉਹ ਕੁੜੀ ਨਾਲ ਕੋਈ ਗੱਲ ਕੀਤੀ ਨਾ ਉਸ ਮੁੰਡੇ ਨਾਲ ਮੈਂ ਉਥੋਂ ਉੱਠਿਆ ਰੇਲਵੇ ਸਟੇਸ਼ਨ ਤੇ ਜਾ ਪਹੁੰਚ ਗਿਆ ਜੀ ਜਿਹੜੀ ਗੱਡੀ ਜਿੱਧਰ ਨੂੰ ਜਾ ਰਹੀ ਸੀ ਮੈਂ ਨਹੀਂ ਪੁੱਛਿਆ ਕਿ ਕਿੱਧਰ ਜਾਂਦੀ ਉਹ ਚ ਜੜ ਗਿਆ ਹੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਘੁੰਮਿਆ ਫਿਰਿਆ ਤਰਨੰਮ ਦੀ ਤਲਾਸ਼ ਤਰਨੰਮ ਦੇਖਣ ਵਾਸਤੇ ਹੂੰ ਕਹਿੰਦਾ ਮੈਂ ਚੋਲਾ ਜਿਹੜਾ ਪਹਿਨੇ ਹੋਇਆ ਹੈ ਇਹ ਇਸ ਕਰਕੇ ਨਹੀਂ ਕਿ ਮੇਰੀ ਕੋਈ ਪੂਜਾ ਕਰੇ ਕੋਈ ਮੱਥਾ ਟੇਕੀ ਬਸ ਇਹਦੇ ਨਾਲ ਮੈਨੂੰ ਟਿਕਟ ਲੈਣ ਨੂੰ ਕੋਈ ਪੁੱਛਦਾ ਨਹੀਂ ਸੀ ਇਹਦੇ ਨਾਲ ਮੈਂ ਜਿੱਥੇ ਬੈਠ ਕੇ ਮੰਗ ਕੇ ਰੋਟੀ ਖਾ ਲੈਂਦਾ ਸੀ ਇਹਦਾ ਫਾਇਦਾ ਮੈਨੂੰ ਇਹ ਸੀ ਹੋਰ ਮੈਨੂੰ ਧਰਮ ਦਾ ਕੋਈ ਨਹੀਂ ਪਤਾ ਮੈਂ ਤਾਂ ਤਰਨੁਮ ਦੀ ਤਲਾਸ਼ ਚ ਸੀ ਵਾਹ ਜੀ ਵਾਹ ਇਸ ਤਰ੍ਹਾਂ ਫਿਰਦਿਆਂ ਤੁਰਦਿਆਂ ਇੱਕ ਬੰਦਾ ਮੈਨੂੰ ਪੁੱਛਣ ਲੱਗਿਆ ਤੁਹਾਡਾ ਕਿਹੜਾ ਧਰਮ ਹੈ ਕਿਹੜਾ ਮੱਤ ਸਵਾਮੀ ਜੀ ਕੌਣ ਹੋ ਤੁਸੀਂ ਮੈਂ ਕਿਹਾ ਨਾ ਮੇਰਾ ਕੋਈ ਧਰਮ ਨਾ ਮੇਰਾ ਕੋਈ ਮੱਤ ਨਾ ਕੋਈ ਮੇਰਾ ਗੁਰੂ ਮੈਂ ਤਾਂ ਤਰਨੁਮ ਦੀ ਤਲਾਸ਼ ਚ ਹੂੰ ਹੂੰ ਹੁਣੇ ਪੁੱਛਿਆ ਤਰਨੁਮ ਕੋਣ ਜਦੋਂ ਮੈਂ ਦੱਸਿਆ ਉਹ ਕਹਿੰਦਾ 93 ਇਸ ਤਰ੍ਹਾਂ ਪਿੰਡਾਂ ਸ਼ਹਿਰਾਂ ਚ ਗਲੀਆਂ ਬਾਜ਼ਾਰਾਂ ਚ ਥੋੜੀ ਹੁੰਦੀ ਹੈ ਮੈਂ ਕਿਹਾ ਹੋਰ ਕਿੱਥੇ ਹੁੰਦੀ ਹੈ ਉਹ ਕਹਿੰਦਾ ਉਹ ਤਾਂ ਲਾਇਬ੍ਰੇਰੀਆਂ ਚ ਹੁੰਦੀ ਹੈ ਹਾਂ ਤੂੰ ਲਾਇਬ੍ਰੇਰੀਆਂ ਚ ਜਾ ਕਲਾਸਿਕਸ ਪੜ ਉਹਥੇ ਤੈਨੂੰ ਦਿਸੇਗੀ 93 ਵਾਹ ਜੀ ਵਾਹ ਮੈਂ ਲਾਇਬ੍ਰੇਰੀਆਂ ਜਾਣਾ ਸ਼ੁਰੂ ਕੀਤਾ ਮੈਂ ਕੋਈ ਆਮ ਪਾਠਕ ਨਹੀਂ ਸੀ ਚੱਟ ਜਾਂਦਾ ਸੀ ਕਿਤਾਬਾਂ ਨੂੰ ਹੂੰ ਇਉਂ ਕਰਦਿਆਂ ਕੁਝ ਸਾਲ ਬੀਤੇ ਇੱਕ ਬੰਦਾ ਹੋਰ ਉੱਥੇ ਆਉਂਦਾ ਸੀ ਪੜਦਾ ਸੀ ਉਹ ਮੈਨੂੰ ਪੁੱਛਣ ਲੱਗ ਗਿਆ ਤੁਹਾਡਾ ਪ੍ਰੋਜੈਕਟ ਕੀ ਹੈ ਜੀ ਤੁਸੀਂ ਖੋਜ ਕੀ ਕਰਦੇ ਹੋ ਸਵਾਮੀ ਜੀ ਕਹਿੰਦੇ ਮੈਂ ਉਹਨੂੰ ਕਿਹਾ ਨਾ ਮੇਰਾ ਕੋਈ ਪ੍ਰੋਜੈਕਟ ਨਾ ਮੇਰੀ ਕੋਈ ਖੋਜ ਮੈਂ ਤਾਂ ਤਰਨਮ ਨੂੰ ਲੱਭ ਰਿਹਾ ਜਦੋਂ ਉਹਨੇ ਪੁੱਛਿਆ ਤਰਨਮ ਕੌਣ ਹੈ ਮੈਂ ਦੱਸਿਆ ਉਹ ਕਹਿਣ ਲੱਗਿਆ ਫਿਰ ਤੁਹਾਨੂੰ ਗਲਤੀ ਲੱਗੀ ਹੂੰ ਜਿਵੇਂ ਚੀੜੀ ਆਲਣੇ 'ਚ ਬੈਠੀ ਰਹਿੰਦੀ ਏ ਉਸ ਤਰ੍ਹਾਂ ਤਰਨਮ ਕਿਤਾਬਾਂ ਦੇ ਵਿੱਚ ਬੈਠ ਕੇ ਨਹੀਂ ਰਹਿੰਦੀ ਹੂੰ ਉਹ ਬੈਠੀ ਟਿਕੀ ਹੋਈ ਨਹੀਂ ਰਹਿੰਦੀ ਉਹ ਆਈ ਸੀ ਤੇ ਚਲੀ ਗਈ ਅੱਛਾ ਇਹ ਕਿਤਾਬਾਂ ਦੀਆਂ ਜਿਹੜੀਆਂ ਪੰਕਤੀਆਂ ਨੇ ਨਾ ਇਹ ਉਹਦੇ ਕਦਮਾਂ ਦੇ ਨਿਸ਼ਾਨ ਨੇ ਵਾਹ ਜੀ ਵਾਹ ਬਸ ਉਹਨੇ ਸਾਬਤ ਕਰ ਦਿੱਤਾ ਕਿ ਮੈਂ ਹਾਂ ਪਰ ਇੱਥੇ ਨਹੀਂ ਬੈਠੀ ਉਹਨੂੰ ਉਹ ਕਿਤੇ ਹੋਰ ਹੈ ਮੈਂ ਪੁੱਛਿਆ ਹੋਰ ਕਿੱਥੇ ਫਿਰ ਉਹ ਕਹਿੰਦਾ ਕਿਤਾਬਾਂ 'ਚੋਂ ਨਿਕਲ ਕੇ ਇਹ ਰਸਤੇ ਬਾਗਾਂ 'ਚ ਜਾਂਦੇ ਨੇ ਹੂੰ ਸਭ ਤੋਂ ਸੋਹਣਾ ਫੁੱਲ ਹੈ ਜਿਹੜਾ ਇਹ ਉਹਦਾ ਮਹਿਲ ਹੈ ਹੂੰ ਉੱਥੇ ਜਾ ਤੂੰ ਫੁੱਲਾਂ ਦੀ ਸੈਰ ਕਰ ਉੱਥੇ ਤੈਨੂੰ ਸ਼ਾਇਦ ਤਰਨਮ ਮੁਲੱਬ ਜੀ ਕਹਿੰਦਾ ਜੀ ਮੈਂ ਬਾਗਾਂ 'ਚ ਜਾਣਾ ਸ਼ੁਰੂ ਕੀਤਾ ਹੂੰ ਹੂੰ ਜਾਪਾਨ 'ਚ ਗਿਆ ਜਾਪਾਨ ਦੇ ਬਾਗ 'ਚ ਵੱਡੇ ਕੱਦ ਦਾ ਖੂਬਸੂਰਤ ਗੁਲਾਬ ਦੇਖਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਤਰਨਮ ਦਾ ਮਹਿਲ ਜੇ ਹੈ ਤਾਂ ਇਹੀ ਇਹੀ ਹੈ ਜੋੜੇ ਉਤਾਰੇ ਹੱਥ ਜੋੜ ਕੇ ਖਲੋ ਗਿਆ ਹੂੰ ਹੂੰ ਥੋੜੀ देर ਖਲੋਤਾ ਜਦੋਂ ਮੈਂ ਤਰਨਮ ਦਾ ਦਰਵਾਜ਼ਾ ਖੜਕਾਉਣ ਵਾਸਤੇ ਉਂਗਲ ਅੱਗੇ ਕੀਤੀ ਤਾਂ ਆਵਾਜ਼ ਆਈ ਉਹ ਪਾਗਲ ਤਰਨਮ ਦੇ ਇਹ ਮਹਿਲ ਉਂਗਲਾਂ ਨਾਲ دستਕ ਕੀਤੇ ਨਹੀਂ ਖੁੱਲਦੇ ਹੁੰਦੇ ਹੂੰ ਤਮੈਜ਼ ਸਿੱਖ ਉਹ ਕਾਦਮ ਸਿੱਖ ਮੈਂ ਪੁੱਛਿਆ ਮੈਂ ਹੁਣ ਖਤਰਾ ਨਹੀਂ ਲੈ ਸਕਦਾ ਹੁਣ ਥੱਕ ਗਿਆ ਹਾਂ ਹੂੰ ਹੁਣ ਤਰਨਮ ਮਿਲੇ ਤਾਂ ਸ਼ੁਕਰਾਨਾ ਹੁਣ ਮੈਨੂੰ ਤਰੀਕਾ ਦੱਸ ਮੈਂ ਕਿਵੇਂ ਦਰਵਾਜ਼ਾ ਖੜਕਾਵਾਂ ਹੂੰ ਆਵਾਜ਼ ਆਈ 93 ਦੇ ਮਹਿਲ ਦਾ ਦਰਵਾਜ਼ਾ ਖੜਕਾਣਾ ਤਾਂ ਹਵਾ ਦਾ ਪਿਆਰਾ ਝੁੰਕਾ ਬਣ ਵਾਹ ਜੀ ਹਵਾ ਦਾ ਬੁੱਲਾ ਬਣ ਹੂੰ ਕਹਿੰਦੇ ਦੋਸਤੋ ਤੁਸੀਂ ਦੂਰੋਂ ਪਾਰੋਂ ਆਏ ਹੋ ਹੁਣ ਉਮਰ ਮੇਰੀ 80 ਸਾਲ ਹੋ ਚੁੱਕੀ ਹੈ ਹੁਣ ਮੈਂ ਉਡੀਕ ਚਾ ਉਸ ਪਲ ਦੀ ਜਦੋਂ ਮੈਂ ਹਵਾ ਦਾ ਬੁੱਲਾ ਬਣਾਗਾ ਤੇ 93 ਦੇ ਦਰਵਾਜ਼ੇ ਤੇ دستਕ ਦੇਵਾਂਗਾ ਵਾਹ ਜੀ ਇਹ ਆ ਉਸਤਾਦ ਲੋਕ ਕਹਿੰਦੇ ਇਹ ਮੈਂ ਸਮਝਦਾ ਵੀ ਇਹੋ ਜੇ ਉਸਤਾਦ ਮਿਲਣ ਜੇ ਸਾਰਿਆਂ ਨੂੰ ਤਾਂ ਭਲਾ ਹੋਵੇ ਜਹਾਨ ਦਾ ਭਲਾ ਹੋਵੇ ਅਕਾਦਮਿਕਤਾ ਦਾ ਭਲਾ ਹੋਵੇ ਵਿਦਿਆ ਦਾ ਜੀ